ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਹੀ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਹਾਂ ਔਰ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਜਦ ਅਸੀਂ ਮਸਲਿਆਂ ਦੀ ਗੱਲ ਕਰਦੇ ਹਾਂ ਔਰ ਇਸ਼ੂਜ਼ ਦੀ ਗੱਲ ਕਰਦੇ ਹਾਂ ਤਾਂ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਕਿ ਅਸੀਂ ਉਹਨਾਂ ਸਾਰੇ ਇਸ਼ੂਜ਼ ਦੇ ਉੱਤੇ ਪਹਿਰਾ ਦਈਏ, ਇੱਕ ਪ੍ਰੋਗਰੈਸਿਵ ਸੋਚ ਬਣਾਈਏ ਤਾਂ ਕਿ ਕੋਈ ਹੱਲ ਜਿਹੜਾ ਉਹ ਕੱਢਿਆ ਜਾ ਸਕੇ। ਮੈਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਰੋਜ਼ਾਨਾ ਸਾਨੂੰ ਕਾਲ ਕਰਕੇ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰਦੇ ਹਨ ਔਰ ਇਸ ਪਲੈਟਫਾਰਮ ਦੇ ਉੱਤੇ ਅਸੀਂ ਉਹਨੂੰ ਵਿਚਾਰਦੇ ਹਾਂ ਔਰ ਰੋਟ ਮੈਪ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਭਾਵੇਂ ਮਸਲੇ ਸਿਆਸੀ ਹੋਣ, ਭਾਵੇਂ ਮਸਲੇ ਧਾਰਮਿਕ ਹੋਣ, ਭਾਵੇਂ ਮਸਲੇ ਕਿਸੇ ਵੀ ਗਲਿਆਰੇ ਦੇ ਨਾਲ ਜੁੜੇ ਹੋਣ, ਤਾਂ ਕਵਾਇਦ ਹੁੰਦੀ ਹੈ ਕਿ ਅਸੀਂ ਉਹਦਾ ਹੱਲ ਜ਼ਰੂਰ ਕੱਢੀਏ। ਹਾਲ ਫਿਲਹਾਲ ਦੇ ਵਿੱਚ ਤੁਹਾਨੂੰ ਪਤਾ ਹੈ ਭਾਰਤ ਤੋਂ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ ਅੱਜ ਕੱਲ੍ਹ ਅਮੈਰੀਕਾ ਫੇਰੀ 'ਤੇ ਹਨ, ਇਸ ਇਸ਼ੂ ਬਾਰੇ ਜ਼ਰੂਰ ਅਸੀਂ ਗੱਲ ਕਰਨਾ ਚਾਹੁੰਦੇ ਸੀਗੇ। ਤਮਾਮ ਸਵਾਲ ਖੜ੍ਹੇ ਹੋ ਜਾਂਦੇ ਹਨ ਜਦ ਇਹ ਮਸਲਾ ਸਾਡੀ ਕੌਮ ਦੇ ਨਾਲ ਜੁੜਦਾ ਹੈ ਔਰ ਜਦ ਇਹ ਮਸਲਾ ਧਾਰਮਿਕ ਹੋ ਜਾਂਦਾ ਹੈ, ਕਿਉਂਕਿ ਅੱਜ ਜਿਸ ਤਰੀਕੇ ਦਾ ਰਿਲੇਸ਼ਨਸ਼ਿਪ ਮੋਦੀ ਅਤੇ ਡੋਨਲਡ ਟਰੰਪ ਦੇ ਵਿੱਚ ਵੇਖਣ ਨੂੰ ਮਿਲ ਰਿਹਾ, ਉਹ ਕਿਸੇ ਤੋਂ ਵੀ ਨਹੀਂ ਹਟਿਆ ਔਰ ਉਹਨੂੰ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਇੱਕ ਡਿਪਲੋਮੈਟਿਕ ਰਿਲੇਸ਼ਨਸ਼ਿਪ। ਜਦ ਤੋਂ ਪ੍ਰਧਾਨ ਮੰਤਰੀ ਮੋਦੀ ਪਿਛਲੇ 4 ਮਹੀਨਿਆਂ ਤੋਂ ਮੁੜ ਤੋਂ ਭਾਰਤ ਦੀ ਸਰਕਾਰ ਦੇ ਵਿੱਚ ਹੋਣ ਦੇ ਵਿੱਚ ਆਏ ਹਨ, ਤਾਂ ਉਹਨਾਂ ਦਾ ਇਹ ਬੁਨਿਆਦੀ ਢਾਂਚਾ, ਡਿਪਲੋਮੈਟਿਕ ਜਿਹੜਾ ਰਿਲੇਸ਼ਨਸ਼ਿਪ ਹੈ, ਹੋਰ ਵੀ ਮਜ਼ਬੂਤ ਹੋ ਰਿਹਾ। ਹਾਊਡੀ ਮੋਦੀ ਹੋਇਆ ਸੀਗਾ। ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਦੱਸਦਾ ਹਾਊਡੀ ਦਾ ਮਤਲਬ ਕੀ ਹੁੰਦਾ। ਨੌਰਥ ਅਮੈਰੀਕਾ ਦੇ ਵਿੱਚ ਇੱਕ ਇਨਫੋਰਮਲ ਗ੍ਰੀਟਿੰਗ ਹੁੰਦੀ ਹੈ, ਅਸੀਂ ਇਨਫੋਰਮਲ ਗੈਸਟ ਸੱਦਦੇ ਹਾਂ ਆਪਣੇ ਘਰ ਦੇ ਵਿੱਚ, ਉਹਨੂੰ ਹਾਊਡੀ ਕਿਹਾ ਜਾਂਦਾ ਔਰ ਇਹ ਹਾਊਡੀ ਮੋਦੀ ਹੂਸਟਨ ਟੈਕਸਸ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਭਾਰਤ ਦੇ ਵਸਨੀਕ ਇੰਡੀਅਨ ਅਮੈਰੀਕਨਸ ਇਸ ਹਾਊਡੀ ਮੋਦੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀਗੇ, ਜਿੱਥੇ ਬਹੁਤ ਸਾਰੀ ਹੱਲਾਸ਼ੇਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਅਤੇ ਨਾਲ ਹੀ ਅਮੈਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੀ। ਨਰਿੰਦਰ ਮੋਦੀ ਤਾਂ ਇਹ ਤੱਕ ਵੀ ਕਹਿ ਗਏ ਕਿ ਅਬ ਕੀ ਬਾਰ ਟਰੰਪ ਸਰਕਾਰ, ਯਾਨੀ ਕਿ ਪ੍ਰਧਾਨ ਮੰਤਰੀ ਮੋਦੀ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ ਔਰ ਇੰਨੇ ਤਾਰੀਫਾਂ ਦੇ ਫੁੱਲ ਉਹਨਾਂ ਨੇ ਡੋਨਲਡ ਟਰੰਪ ਦੇ ਬੰਨੇ ਕਿ ਡੋਨਲਡ ਟਰੰਪ ਵੀ ਬਹੁਤ ਖੁਸ਼ ਹੋ ਗਏ। ਉਹਨਾਂ ਨੇ ਵੀ ਕਿਹਾ ਕਿ ਅਸੀਂ ਭਾਰਤੀਆਂ ਦੇ ਨਾਲ ਹਾਂ ਔਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਇਨ ਫਿਊਚਰ ਆਏਗੀ, ਸੋ ਵੀ ਆਰ ਵਿਦ ਯੂ। ਕਹਿਣ ਦਾ ਭਾਵ ਹੈ ਕਿ ਨਰਿੰਦਰ ਮੋਦੀ ਕਾਮਯਾਬ ਹੋਏ ਆਪਣੀ ਦੋਸਤੀ ਨੂੰ ਹੋਰ ਗਹਿਰਾ ਕਰਨ ਦੇ ਲਈ। ਆਈ ਥਿੰਕ ਦੇ ਹੈਡ ਆ ਗੁੱਡ ਡਿਸਕਸ਼ਨ। ਈਵਨ ਅੱਜ ਵੀ ਉਹਨਾਂ ਦੀ ਮੁਲਾਕਾਤ ਹੋਈ ਸੀਗੀ ਔਰ ਕੱਲ੍ਹ ਹੀ ਨਰਿੰਦਰ ਮੋਦੀ ਯੂਨਾਈਟਿਡ ਨੇਸ਼ਨਸ ਵੀ ਗਏ, ਜਿੱਥੇ ਉਹਨਾਂ ਨੇ ਕਲਾਈਮੇਟ ਚੇਂਜ ਦੇ ਉੱਤੇ ਗੱਲ ਕੀਤੀ। ਪਹਿਲੀ ਵਾਰ ਭਾਰਤ ਜਿਹੜਾ ਉਹ ਫੋਰਥ ਸਪੀਕਰ ਵੀ ਬਣਿਆ, ਯਾਨੀ ਕਿ ਨਰਿੰਦਰ ਮੋਦੀ ਨੇ ਰੀਪ੍ਰਜੈਂਟ ਕੀਤਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਔਰ ਜਿੱਥੇ ਹੁਣ ਯੂਨਾਈਟਿਡ ਨੇਸ਼ਨਸ ਦੇ ਵਿੱਚ ਗੱਲ ਹੋ ਰਹੀ ਹੈ, ਉੱਥੇ ਜਿਹੜੀ ਇੰਡੀਅਨ ਮਿਸ਼ਨ ਹੈਗੀ ਹੈ ਜੋ ਕਿ ਯੂਨਾਈਟਿਡ ਨੇਸ਼ਨਸ ਨੂੰ ਰੀਪ੍ਰਜੈਂਟ ਕਰਦੀ ਹੈ, ਸਿਆਸੀ ਗਲਿਆਰੇ ਦੇ ਵਿੱਚ ਇਹ ਵੀ ਹੁਣ ਹਵਾ ਸੁਣਨ ਨੂੰ ਮਿਲ ਰਹੀ ਹੈ ਕਿ ਇੰਡੀਆ ਦੀ ਜਿਹੜੀ ਰਾਜਨੀਤਿਕ ਤਸਵੀਰ ਸੀਗੀ, ਜਿਹੜੀ ਡਿਪਲੋਮੈਟਿਕ ਤਸਵੀਰ ਸੀਗੀ, ਉਹ ਹੋਰ ਸਟਰੋਂਗ ਹੁੰਦੀ ਜਾ ਰਹੀ ਹੈ। ਅਤੇ ਕਹਿਣ ਦਾ ਭਾਵ ਹੈ ਕਿ ਜਿਹੜਾ ਨਰਿੰਦਰ ਮੋਦੀ ਦਾ ਇਹ ਵਿਜ਼ਿਟ ਹੈ ਉਹ ਬਹੁਤ ਕਾਮਯਾਬ ਹੋਇਆ। ਲੇਕਿਨ ਇਹਨਾਂ ਸਾਰਿਆਂ ਤੋਂ ਸਵਾਲ ਵੱਡਾ ਇਹ ਖੜ੍ਹਾ ਹੁੰਦਾ ਕਿ ਸਾਨੂੰ ਕੀ ਮਿਲਿਆ, ਕੌਮ ਨੂੰ ਕੀ ਮਿਲਿਆ, ਕੌਮ ਦਾ ਬੈਨੀਫਿਟ ਕੀ ਹੋਇਆ। ਕੌਮ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੰਨੇ ਵਚਨਬੰਦ ਹੋਏ। ਜ਼ਿਕਰਯੋਗ ਹੈ ਵੱਡੇ ਮਸਲੇ ਜਿਹੜੇ ਨੇ ਭਾਰਤ ਤੋਂ ਕਈ ਵਾਰ ਸਾਹਮਣੇ ਆਏ, ਤ੍ਰਾਸਦੀ ਕੌਮ ਦੇ ਵਿੱਚ ਆਈ, ਲੇਕਿਨ ਅਸੀਂ ਉਹਨਾਂ ਸਾਰੇ ਸਵਾਲਾਂ ਨੂੰ ਇੱਥੇ ਜ਼ਰੂਰ ਲੈ ਕੇ ਆਏ ਕਿ ਸਾਨੂੰ ਕੀ ਮਿਲਿਆ। ਕਰਤਾਰਪੁਰ ਲਾਂਘਾ ਮਿਲਣਾ ਸੀਗਾ, ਉਹ ਵੀ ਹਜੇ ਤੱਕ ਨਹੀਂ ਮਿਲਿਆ, ਉਹਦੀ ਵੀ ਜਿਹੜੀ ਤਸਵੀਰ ਹੈ ਉਹ ਵੀ ਸਾਫ਼ ਨਹੀਂ ਹੋਈ। ਇੱਕ ਵੀਡੀਓ ਸਾਡੇ ਕੋਲ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਕੋਲ ਪਹੁੰਚੀ ਹੈ, ਸਿੱਖਸ ਆਫ ਅਮੈਰੀਕਾ, ਜੋ ਕਿ ਸਿੱਖਾਂ ਦੇ ਮਸਲਿਆਂ ਨੂੰ ਅਮੈਰੀਕਾ ਦੇ ਵਿੱਚ ਰੀਪ੍ਰਜੈਂਟ ਕਰਦੀ ਹੈ। ਸਿਰਫ ਅਮੈਰੀਕਾ ਦੇ ਹੀ ਸਿੱਖਾਂ ਨੂੰ ਨਹੀਂ, ਬਲਕਿ
ਵਿਸ਼ਵ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਜਿਹੜੀ ਜਮਾਤ ਹੈਗੀ ਹੈ ਉਹ ਰੀਪ੍ਰਜੈਂਟ ਕਰਦੀ ਹੈ। ਉਹਨਾਂ ਦਾ ਵਫਦ ਬਕਾਇਦਾ ਤੌਰ ਦੇ ਉੱਤੇ ਹੂਸਟਨ ਟੈਕਸਨ ਦੇ ਵਿੱਚ ਟੈਕਸਸ ਦੇ ਵਿੱਚ ਪਹੁੰਚਿਆ ਸੀਗਾ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਉਹਨਾਂ ਨੇ ਕਈ ਸਾਰੇ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛੇ। ਕਿਸ ਤਰੀਕੇ ਦਾ ਜਵਾਬ ਨਰਿੰਦਰ ਮੋਦੀ ਨੇ ਦਿੱਤਾ ਜਦ ਗੱਲ ਸਿੱਖ ਡਾਇਸਪੋਰਾ ਦੀ ਹੁੰਦੀ ਹੈ, ਸਿੱਖ ਇਸ਼ੂਜ਼ ਦੀ ਹੁੰਦੀ ਹੈ, ਵਟ ਵਾਜ਼ ਹੀ ਸੇਇੰਗ ਟੂ ਦੀ ਸਿੱਖਸ ਆਫ ਅਮੈਰੀਕਾ ਟੀਮ ਰੀਪ੍ਰਜੈਂਟੇਟਿਵ ਜਿਹੜੇ ਉੱਥੇ ਪਹੁੰਚੇ ਸੀਗੇ। ਇੱਕ ਵਾਰੀ ਉਹਦੇ ਉੱਤੇ ਅਸੀਂ ਨਜ਼ਰ ਪਾ ਲੈਂਦੇ ਹਾਂ। ਪਹਿਲਾਂ જરૂર થા મારા સૌભાગ્ય બોલે ठीक ठाक। छह साल के बाद आपको देखे वैसे ही है। क्या करें हम वैसे ही है जी। आपने छह साल में जो सेवा की है जी, हमको फख्र है आपसे। देखिए साहब, मैंने जितना वादा किया है पूरा करके रखा। उसमें से कमाई करना चाहते हैं, तुम्हारा झगड़ा चल रहा है। दुनिया झुकाने वाला चाहिए, आपने साबित कर दिया। मैंने साहब देखिए, हमारे देश का गर्व है, हम लोगों ने काम करना चाहिए। चलो आप है जी, आपके सब सिख कम्युनिटी, पूरी सिख कम्युनिटी आपके साथ। प्रधानमंत्री जी, आप 5 साल पहले आए थे, हम आपसे मिले थे जी, और आपको मसले दिए थे। आपने जितने सुझाव दिए देखिए, इसके बाद एक पूरे कर रहा हूँ। बिल्कुल, अभी एक बाकी है, वो भी कुछ दिन में आपको पता चल जाएगा। थोड़े मसले हैं, थोड़ी सी और चीजें हैं। बाकी मैं एक चीज आपको बोलूंगा कि आपने जो जो फैसले किए हैं, एक आयरन मैन ही कर सकता है, और हमारे टाइम के आयरन मैन आप हो। अरदास करते हैं उसमें, रोज कहते हैं करतारपुर के लिए। अगर इतना आसान था, देखो आपने कैसे कर दिया, 70 साल निकल गए और कोई नहीं कर सका, और आपने एक झटके में सबको हटा के कर दिया। ये छोटा सा मेमोरेंडम है, ये इसको आप थोड़ा सा पढ़ लेंगे। एक आर्टिकल 25 है जो सिख समाज से संबंधित है, तो उसमें हमको थोड़ा सा, हमारी रिक्वेस्ट थी सबकी कि उसको एक इंडिपेंडेंट रिलीजन तो है ना हमारा, गुरु नानक साहब ने ये रिलीजन रखा था, तो उसको आर्टिकल 25 हटा के हमको ये धर्म का जो है हमको इंडिपेंडेंट किया जाए। वी आर प्राउड ऑफ वट एवर हैज हैपन, पर इसको अगर आप कर देंगे, बाकी के जो थोड़े बहुत और मुद्दे हैं उसमें। और एक प्रधानमंत्री जी, इसमें आपकी जो बुकलेट है, ये जिससे दर्शाया है हम आपके कितने आभारी हैं, जो आपने हमारे लिए किया है। आज आपने गुरु नानक देव को सिर्फ सिखों का नहीं, पूरी दुनिया का, पूरी दुनिया में होना चाहिए, इस मकता हूँ जी। बिल्कुल कर रहे हैं, बिल्कुल आप कर रहे हैं जो आपने किया जी। एक इसमें हमारा ऑन बिहाफ ऑफ द ह्यूस्टन कम्युनिटी एज ए सिख एंड एन इंडो अमेरिकन, आई वेलकम ऑल द सिख्स फ्रॉम अक्रॉस अमेरिका हु आर इन ह्यूस्टन टुडे टू वेलकम the Prime Minister of India, whose presence today in Houston demonstrates the support of the community. The fact that the President of the United States is flying down specially to welcome the Prime Minister shows the world that we are on the right side. The elections showed that the Prime Minister in India delivered on every promise. And the fact that the President of the USA has come down demonstrates to anybody who is challenging the Prime Minister that they are on the wrong and India is on the right. So on behalf of the Indo-American community in Greater Houston, on behalf of... So tusi vekhi hai video jide vich Six of America da wafad jehda hai, eh Pradhan Mantri Narendra Modi nu milya,
और बकायदा तौर दे उत्ते उन्हां नूं सवाल भी पूछे गए। जद करतारपुर कोरीडोर की गल हुई तो तुसीं वेख्या कि खुद आप नरेंद्र मोदी ने कहा कि मेरा हुण इह झगड़ा चल रहा है किसी गल नूं लैके उन्हां दे नाल, और वह भी असी मसला इस मंच के उत्ते लैके आए सी कि तुहानूं दस्सिया सीगा कि किस गल का झगड़ा चल रहा, यानी कि जिहड़ी फीस पाकिस्तान ने मंगी सीगी जिन्हों असी सर्विस फीस के उत्ते गल की सीगी $20, तो वो झगड़ा बेसिकली इंडियन अते पाकिस्तान की एडमिनिस्ट्रेशन दे विच प्रधानमंत्री मोदी ने कहा कि वह झगड़ा चल रहा, तो हजे भी वह गल स्पष्ट जिहड़ी है साफ नहीं हुई है कि करतारपुर कोरीडोर खुलेगा या फिर नहीं खुलेगा। उस तो बावजूद उन्होंने कहा कि एक बहुत वड्डा ऐलान मैं करन वाला, यह ऐलान की करन वाले ने प्रधानमंत्री मोदी, एक वड्डा सवाल बनता कि कौम दे लई कोई अजिही गल सामने आएगी या फिर कोई एक कोई वड्डा ऐलान करनगे, वो भी गल असी जरूर अज इस मंच के उत्ते रखांगे। जिहड़े BJP दे बुलारे हैं उन्होंने जरूर लैके आवांगे, जो कि उस वफद दे विच भी बकायदा तौर दे उत्ते मौजूद सीगे, उन्होंने भी असी इस मंच के उत्ते सवाल जरूर पुछांगे। एक वड्डा सवाल होर बनता कि प्रधानमंत्री मोदी ने कहा कि मैं काली सूची जिहड़ी है खत्म कर चुके हैं, और कई बार यह जिहड़ा डेलीगेशन हैगा सिक्स ऑफ अमेरिका का या फिर जिहड़े होर भी BJP दे स्पोक्समैन ने, वह भी इस गल नूं बार बार इस मंच के उत्ते आके कह चुके हैं कि मैं वाकई ही जमीनी पद्धर से काली सूची नूं खत्म कर चुके हैं। लेकिन फिर भी काली सूची दे विच अगर कोई नाम उजागर हैं तो वह कौन कौन हैं, अगर वह वापस इंडिया जाते हैं तो उन्होंने नाल किस तरीके का वतीरा होएगा, एक सवाल वड्डा यह भी बनता। सवाल वड्डा यह भी बनता जिहड़े आर्टिकल 25B नूं हटाउण दी कवायद रखनी चाहीदी सीगी, वह भी सिक्स ऑफ अमेरिका वालों रखी गई, लेकिन उहदे लई प्रधानमंत्री मोदी का जवाब भी तुसीं वेख्या कोई रिएक्शन खुल के सामने नहीं आया। कि इस वीडियो नूं असीं जद वेखदे हां तां किस तरीके का तुहानूं जिहड़ी बॉडी लैंग्वेज हैगी प्रधानमंत्री मोदी की सिखां दे प्रति तुहानूं लगदी है, असीं इस दे उत्ते जरूर चानना पावांगे। फिलहाल मैं एक निक्के जे ब्रेक लिए इत्थे रुक रहा, और जब ब्रेक तो बाद वापस आवांगा इस मंच के उत्ते रखांगे इन सारे मसलों नूं, क्योंकि यही तो है अज का मुद्दा। मिलते हैं ब्रेक तो बाद। सो ब्रेक तो बाद स्वागत है प्रधानमंत्री मोदी की अमेरिका फेरी, सिक्स ऑफ अमेरिका का वफद ह्यूस्टन टैक्सस दे विच जद हाउडी मोदी होया सीगा उत्थे पहुँचया सीगा, और तुहानूं वीडियो असी ब्रेक तो जाण तो पहलां विखाई, कई सारे जिहड़े इशू सीगे वह सिक्स ऑफ अमेरिका वालों रखे गए सीगे। डॉक्टर सुरिंदर सिंह गिल मेरे नाल इस टाइम फोनलाइन पर मौजूद हैं, डायरैक्टर हैं सिक्स ऑफ अमेरिका के, ते नाल ही मेरे नाल फोनलाइन पर मौजूद हैं जसविंदर सिंह जंडी जो कि फ्रीमोंट गुरद्वारा साहब कैलीफोर्निया के मुख सेवादार हैं। सो दोवां दा मैं स्वागत करदा इस मंच के उत्ते जी आया नूं डॉक्टर साहब, तो मैंने कहा स्वागत करदा जंडी साहब थोड़ा भी। धन्यवाद जी, धन्यवाद बहुत। मैं सब तो पहला सवाल डॉक्टर सुरिंदर सिंह गिल होरां तों करना चाहवांगा, किहड़े-किहड़े मसले जिहड़े वीडियो दे विच असीं नहीं वेख पाए और की कुछ मेमोरेंडम तुसीं लैके गए सीगे कौम दे वास्ते? देखो मेमोरेंडम च तीन सब नूं वड्डियां गल्लां सन, एक ते ही सिख वक्खरी कौम है जी, 25B आर्टिकल जिहड़ा इह खतम कीता जावे जी, दूसरा इही वी 84 दे जिहड़े रहिंदे कल्प्रिट है उहनां नूं अंदर कीता जावे जी, जिहदे विच असीं कमलनाथ ते जगदीश टाइटलर दा दी गल कीती सी जी, तीसरा हैगा सी SLE जिहड़े हैगे वीर इत्थे उहनां नूं वीजे पासपोर्ट दित्ते जाण तां कि उह अपणियां फैमिलियां नूं पिछे मिल सकण जी। इस तों इलावा असीं करतारपुर कोरीडोर दी गल कीती सी जिहदे ते उहनां ने कहा कि असीं खोलण लई तैयार है, उह पाकिस्तान वाले जिहड़े है उह अपनी आमदन वधाणा चाहुंदे आ, $20 लाए आ, असीं उह कोशिश कर रहे हां कि उह हट जावे जी, पर उन्हें यह कहा भी जे दां भी हटे पर भी एक करतारपुर कोरीडोर सही टाइम से खुलेगा ठीक है। इस तो बाद असी गल कीती सी कि जेडे कैदियां दी सजा पूरी हो चुकी है अंदर बैठे आ उन्हां नूं आम माफी दे के सारियां नूं छड्या जावे जी, ये पसले असी गल कीते, पर उन्हां ने कहा भी मैं तुहानूं एक तोहफा बहुत जल्दी देवांगा। ओह तोहफा की है जी? उन्हां जिक्र नहीं कीता, उह कहिंदे तुसीं आउंदे 15 दिनां दे अंदर अंदर देखोगे की तोहफा हैगा तुसीं लाइक करोगे। डेमोस्ट्रेशन च भी अगे गया सी और डेमोस्ट्रेशन नूं मैं सारा कवर सुनिया, जो गल्लां बातां होईयां हैं उत्थे भी होईयां, और उहनां दे मसलियां नूं असीं साडे नाल मेल खांदे ही इह असीं चाहुंदे हां। So you think that Pradhan Mantri Narendra Modi, he was positive? ਬਿਲਕੁਲ ਪੰਦਰਾਂ ਚ ਨਿਊਯਾਰਕ ਉਹਨਾਂ ਨੂੰ ਚਾਰ ਮਸਲੇ ਦਿੱਤੇ ਸੀ, ਉਹਨਾਂ ਨੇ ਚਾਰੇ ਸਾਡੇ ਮਸਲੇ ਹੱਲ ਕੀਤੇ ਹੈ ਔਰ ਉਹ ਮਸਲਿਆਂ ਦਾ ਉਹਨਾਂ ਨੇ ਆਉਂਦਿਆਂ ਸਾਰ ਜ਼ਿਕਰ ਕੀਤਾ ਵੀ ਜਿਹੜਾ ਪਹਿਲਾ ਮੈਮੋਰੈਂਡਮ ਦਿੱਤਾ ਸੀ
ਉਹ ਮੈਂ ਪੂਰਾ ਕੀਤਾ ਕਿ ਨਹੀਂ ਕੀਤਾ ਸੀ ਕਿਹਾ ਕੀਤਾ ਹੈਗਾ ਤੇ ਹੁਣ ਹੁਣ ਉਹ ਕਹਿੰਦੇ ਵੀ ਕਿਹੜੇ ਮਸਲੇ ਅਸੀਂ ਕਿਹਾ ਵੀ ਆਹ ਤਿੰਨ ਮਸਲੇ ਠੀਕ ਹੈ ਔਰ ਜਿਨ੍ਹਾਂ ਤੇ ਜਿਹੜੇ ਹੈ ਜੱਦੋ ਜ਼ਹਿਦ ਕਰ ਰਹੇ ਸਾਡੇ ਉਹ ਵੀ ਪ੍ਰਵਾਹ ਆਏ ਜਿਹੜੇ ਪ੍ਰੋਟੈਸਟ ਕਰ ਰਹੇ ਆ ਅਸੀਂ ਉਹਨਾਂ ਨਾਲ ਸਹਿਮਤ ਆ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ ਲੇਕਿਨ ਉਹ ਕਹਿੰਦੇ ਉਹ ਟੇਬਲ ਤੇ ਆਉਂਦੇ ਨਹੀਂ ਹੈ ਚਲੋ ਦੱਸਣ ਕੀ ਮੁੱਦੇ ਹੈ ਓਕੇ ਠੀਕ ਹੈ ਜਸਵਿੰਦਰ ਸਿੰਘ ਜੰਡੀ ਜੀ ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਐਂਡ ਔਨ ਟੌਪ ਆਫ ਦੈਟ ਇਹ ਵੀ ਜਾਣਨਾ ਚਾਹਾਂਗਾ ਕਿ ਜਿਵੇਂ ਡਾਕਟਰ ਗਿੱਲ ਨੇ ਕਿਹਾ ਕਿ ਟੇਬਲ ਦੇ ਉੱਤੇ ਆ ਕੇ ਮਸਲੇ ਸੁਲਝਾਏ ਜਾ ਸਕਦੇ ਹਨ ਔਰ ਜਿਵੇਂ ਡਾਕਟਰ ਗਿੱਲ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੇ ਲਈ ਵਚਨਬੰਧ ਹੋ ਰਹੇ ਹਨ ਇਹ ਤਾਂ ਡਾਕਟਰ ਡਾਕਟਰ ਆਪਣੇ ਸਾਹਿਬ ਦਾ ਸੋਚਣੀ ਹੈਗੀ ਆ ਸਾਡੇ ਜਿਹੜੀ ਸੋਚਣੀ ਤੇ ਦੇਖਣੀ ਆ ਜੀ ਉਹਦਾ ਕਾਫੀ ਫਰਕ ਹੈਗਾ ਕਿਉਂਕਿ ਜੋ ਇਸ ਵੇਲੇ ਹਿੰਦੁਸਤਾਨ ਦੇ ਹਾਲਾਤ ਆ ਤੇ ਜੇ ਇਸ ਤਰ੍ਹਾਂ ਆਪਣੇ ਬੰਦੇ ਸੋਚਦੇ ਆ ਇੱਥੇ ਮੇਰਾ ਖਿਆਲ ਇਹ ਠੀਕ ਸੋਚਣੀ ਨੀਗੀ ਕਿਉਂਕਿ ਤੁਸੀਂ ਹੁਣ ਅੱਗੇ ਮੀਡੀਏ ਨੂੰ ਕੰਟਰੋਲ ਇਹਨਾਂ ਨੇ ਕੀਤਾ ਸੀ 1984 ਦੇ ਵਿੱਚ ਈਵਨ BBC ਲੰਡਨ ਵਰਗੀ ਜਿਹੜੀ ਨਿਊਜ਼ ਦਿੰਦੇ ਸੀਗੇ ਉਹ ਵੀ ਬਾਹਰ ਕੱਢ ਦਿੱਤੇ ਸੀ ਜਿੰਨਾ ਕੁਛ ਕੀਤਾ ਬਿਲਕੁਲ ਹਨੇਰੇ ਚ ਕੀਤਾ ਇਹਨਾਂ ਨੇ ਜੋ ਵੀ ਕੀਤਾ ਹੈਗਾ ਹਨਾ ਤੇ ਇਸੇ ਤਰ੍ਹਾਂ ਹੁਣ ਵੀ ਇਹਨਾਂ ਨੇ ਮੀਡੀਆ ਕੰਟਰੋਲ ਕੀਤਾ ਪਰ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਉਹਦੇ ਤੇ ਸਾਰਾ ਕੁਛ ਵਾਇਰਲ ਹੁੰਦਾ ਬਾਹਰ ਜੀ ਤਕਰੀਬਨ ਤੁਸੀਂ ਹਾਲਾਤ ਦੇਖਦੇ ਆ ਮਤਲਬ ਕਸ਼ਮੀਰ ਦੇ ਦੇਖ ਲਓ ਹੁਣ ਇਸ ਵੇਲੇ ਤੇ ਉਹਨਾਂ ਦੀ ਧਾਰਾ 370 ਜਿਹੜੀ ਆ ਵਾਅਦਾ ਫਰਾਮੋਸ਼ੀ ਜਿਹੜੀ ਆ ਉਹ ਮਤਲਬ ਇਹਨਾਂ ਨੇ ਖਤਮ ਕੀਤੀ ਆ ਫੇਰ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਆ ਘੱਟ ਗਿਣਤੀਆਂ ਨੂੰ ਖਤਰਾ ਉੱਥੇ ਅਖੰਡ ਭਾਰਤ ਹਿੰਦੀ ਥੋਪਣੀ ਇਹੋ ਜਿਹੇ ਇਹਨਾਂ ਦੇ ਮਿਨਿਸਟਰ ਜਿਹੜੇ ਆ ਉੱਥੇ ਬਿਆਨ ਲਾਉਂਦੇ ਆ ਵੀ 2 ਸਾਲ ਤੁਹਾਨੂੰ ਦਿੱਤੇ 2 ਸਾਲਾਂ ਦੇ ਵਿੱਚ ਵਿੱਚ ਜਿਹੜੀ ਆ ਉੱਥੇ ਹਿੰਦੀ ਭਾਸ਼ਾ ਚੱਲੂਗੀ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਹੁਣ ਕੈਨੇਡਾ 'ਚ ਕਿੰਨਾ ਰੌਲਾ ਪਿਆ ਉਹ ਗੁਰਦਾਸ ਮਾਨ ਵੀ ਕਹਿੰਦਾ ਇਹ ਮਾਸੀ ਬੋਲੀ ਆ ਤੇ ਇਹ ਜਿਹੜੇ ਬੰਦੇ ਜਿਹੜਾ ਜਾਂਦੇ ਆ ਮਿਲਦੇ ਆ ਇਹਨਾਂ ਨੂੰ ਭੁਲੇਖਾ ਆ 1947 ਤੋਂ ਬਾਅਦ ਦੇਖ ਲਓ ਵੀ ਕਿੰਨੇ ਸਿੱਖ ਜਿਹੜੇ ਜਿਹਨਾਂ ਨਾਲ ਵਾਅਦੇ ਹੋਏ ਆ ਤੇ ਉਹਨਾਂ ਦਾ ਇੱਕ ਵੀ ਵਾਅਦਾ ਦੱਸੋ ਵੀ ਕੋਈ ਪੂਰਾ ਹੋਇਆ ਹੋਵੇ ਜਿਹੜੀ ਕਾਲੀ ਸੂਚੀ ਦੀ ਗੱਲ ਕਰਦੇ ਆ ਇਹ ਕਾਫੀ ਚਿਰ ਪਹਿਲਾਂ ਵੀ ਇੱਕ ਵਾਰੀ ਨਿਊਯਾਰਕ 'ਚ ਮੀਟਿੰਗ ਹੋਈ ਸੀਗੀ ਤੇ ਉਸ ਟਾਈਮ ਵੀ ਆਪਣੇ ਲੋਕਾਂ ਨੂੰ ਭੁਲੇਖਾ ਸੀਗਾ ਤੇ ਉਸ ਤੋਂ ਬਾਅਦ ਕਿੰਨੇ ਮੁੰਡੇ ਆ ਜਿਹੜੇ ਇੰਡੀਆ ਗਏ ਚੱਕੇ ਆ ਹੁਣ ਲੇਟੈਸਟ ਗੱਲ ਆ ਮੈਂ ਕੱਲ ਗਿਣਦਾ ਸੀਗਾ ਤਕਰੀਬਨ 700 ਦਿਨ ਦੇ ਕਰੀਬ ਹੋ ਗਿਆ 700 ਦਿਨ ਮੇਰਾ ਕਿੰਨੇ ਸਾਲ ਹੋ ਗਏ ਤੇ ਜੋ ਜੱਗੀ ਜੌਹਰ ਮੁੰਡਾ ਇੰਡੀਆ ਵਿਆਹ ਕਰਾਉਣ ਗਿਆ ਸੀਗਾ ਉੱਥੋਂ ਦਾ ਮੁੰਡਾ ਜੰਪਲ ਤੇ ਉਹਨੂੰ ਵਿਆਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ ਸ਼ੋਪਿੰਗ ਕਰਨ ਗਿਆ ਉਹਨੂੰ ਰਾਮਾ ਮੰਡੀ ਤੋਂ ਚੱਕ ਲਿਆ ਉਹਨਾਂ ਨੇ ਠੀਕ ਹੈ ਨਾ ਤੇ ਕੋਈ ਉਹਦੀ ਸੁਣਵਾਈ ਨੀ ਕੁਛ ਨੀ ਧੱਕਾ ਕੀਤਾ ਜਾ ਰਿਹਾ ਉਹਨੂੰ ਮੁੰਡੇ ਨੂੰ ਉੱਥੇ ਉਦਾਂ ਝੂਠੇ ਕੇਸ ਪਾ ਕੇ ਉਹਨੂੰ ਡੱਕਿਆ ਗਿਆ ਹੈ ਕਾਲੀ ਸੂਚੀ ਦਾ ਸੰਤ ਹਜੇ ਤਾਂ ਇਹੀ ਨੀ ਪਤਾ ਲੱਗਾ ਕਿਹੜੀ ਹੈਗੀ ਕਿਹੜੀ ਕੱਢਦੇ ਕਿਹੜੀ ਪਾਉਂਦੇ ਆ ਪਤਾ ਹੀ ਨੀ ਗਾ ਕਿਹਨੂੰ ਹਨਾ ਤੇ ਕੀ ਕਿਹਨੂੰ ਕੀ ਹੋ ਜਾਣਾ ਉੱਥੇ ਉੱਤਰਦੇ ਨੂੰ ਹਨਾ ਤੇ ਹੁਣ ਵੀ ਮੁੰਡੇ ਫੜੇ ਹੋਏ ਬਾਹਰੋਂ ਵਿਦੇਸ਼ਾਂ ਚੋਂ ਗਏ ਉੱਥੇ ਚੱਕ ਲੈਂਦੇ ਆ ਪਤਾ ਹੀ ਨੀ ਲੱਗਣ ਦਿੰਦੇ ਕੇਸ ਇਹੋ ਜਿਹੇ ਪਾ ਦਿੰਦੇ ਆ ਤੇ ਬਾਕੀ ਤੁਸੀਂ ਹੁਣ ਦੇਖ ਲਓ ਇਹਨਾਂ ਨੇ ਘੱਟ ਗਿਣਤੀਆਂ ਨੂੰ ਤਾਂ ਉੱਥੇ ਖਤਰਾ ਹੀ ਆ ਠੀਕ ਹੈ ਪੰਜਾਬ ਨੂੰ ਤਬਾਹ ਕਰਨਾ ਪਾਣੀਆਂ ਤੇ ਡਾਕਾ ਜ਼ਮੀਨਾਂ ਬੰਜਰ ਕਰਨੀਆਂ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵਿਦੇਸ਼ ਧੱਕਣਾ ਇਹੋ ਜਿਹੇ ਕਈ ਇਸ਼ੂ ਹੈਗੇ ਆ ਭਾਖੜਾ ਮੈਨੇਜਮੈਂਟ ਬੋਰਡ ਆ ਉਹਦਾ ਦੇਖੋ ਪ੍ਰਬੰਧ ਆ ਜਿਹੜਾ ਪੰਜਾਬ ਨੂੰ ਨਾ ਦੇਣਾ ਤੇ ਹੜਾਂ ਨਾਲ ਤਬਾਹੀ ਕਰਨੀ ਉਹ ਸੈਂਟਰ ਨੇ ਆਪਣੇ ਕੋਲ ਰੱਖਿਆ ਆ ਤੇ ਉਹ ਪੰਜਾਬ ਦਾ ਪਾਣੀ ਆ ਜਿਹੜਾ ਉਹ ਬਿਲਕੁਲ ਥੱਲੇ ਚੱਲ ਗਿਆ ਪੰਜਾਬ ਚ ਪੀਣ ਵਾਲਾ ਪਾਣੀ ਜਿਹੜਾ ਅੱਗੇ ਥੱਲਿਓ ਕੱਢਦੇ ਸੀ ਧਰਤੀ ਚ ਉਹ ਵੀ ਨਹੀਂ ਰਿਹਾ ਸੋ ਇਹੋ ਜਿਹੇ ਹੁਣ ਹੜਾਂ ਦਾ ਤਾਂ ਤੁਸੀਂ ਦੇਖਿਆ ਹੀ ਆ ਤੇ ਜੇ ਉਹ ਕੰਟਰੋਲ ਕਰ ਸਕਦੇ ਸੀ ਨਹਿਰਾਂ ਸੁੱਕੀਆਂ ਸੀ ਥੋੜੇ ਦਿਨ ਪਹਿਲਾਂ ਥੋੜਾ ਥੋੜਾ ਕਰਕੇ ਮਤਲਬ ਉਹਨੂੰ ਪਾਣੀ ਛੱਡਦੇ ਰਹਿੰਦੇ ਇੱਕ ਮਾੜਾ ਜਿਹਾ ਮੀਂਹ ਪੈਣ ਤੇ ਉਹਨਾਂ ਨੇ ਇੱਕ ਬਹਾਨਾ ਸੀਗਾ ਪੰਜਾਬ ਨੂੰ ਤਬਾਹ ਕਰਨ ਦਾ ਨਸ਼ਿਆਂ ਚ ਦੁਨੀਆਂ ਲਾਤੀ ਆ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਆ ਬਾਹਰਲੀਆਂ ਸਟੇਟਾਂ ਚ ਪੰਜਾਬੀ ਜਾ ਕੇ ਜ਼ਮੀਨਾਂ ਨੀ ਲੈ ਸਕਦੇ ਬਾਹਰਲੀਆਂ ਸਟੇਟਾਂ ਵਾਲੇ ਆ ਕੇ ਪੰਜਾਬ ਦੇ ਵਿੱਚ ਮਤਲਬ ਉਹਨਾਂ ਨੂੰ ਸੈੱਟ ਕਰ ਰਹੇ ਆ ਹੁਣ ਦੇਖੋ ਕਿੰਨਾ ਭਈਆ ਉੱਥੇ ਹੋ ਗਿਆ ਬਾਹਰਲੀਆਂ ਸਟੇਟਾਂ ਚੋਂ ਆ ਕੇ ਜ਼ਮੀਨਾਂ ਲੈਂਦਾ ਮਤਲਬ ਲੁਧਿਆਣੇ ਦੀਆਂ ਕਈ ਖਬਰਾਂ ਅਸੀਂ ਸੁਣੀ ਦੀਆਂ ਵੀ ਉੱਥੇ ਸਰਦਾਰਾਂ ਨੂੰ ਕੁੱਟਦੇ ਆ ਬਈ ਉਹਨਾਂ ਦਾ ਰਾਜ ਆ ਉੱਥੇ ਆ ਤੇ ਇਹ ਸਾਰਾ ਕੁਛ BJP ਦੀ ਦੇਣ ਹੈਗੀ ਆ ਬਾਕੀ ਮੋਦੀ ਇੱਥੇ ਆਇਆ ਹੈਗਾ ਤੁਹਾਨੂੰ ਦੇਖੋ ਬਾਹਰ 25,000-30,000 ਬੰਦਾ ਇਕੱਠਾ ਹੋ ਕੇ ਮੁਜ਼ਾਹਰਾ ਕਰਦਾ ਕੋਈ ਬਿਲਕੁਲ ਝੂਠ ਹੈ 25,000 ਨਹੀਂ ਹੈ ਮੈਂ ਉਸ ਜਗ੍ਹਾ ਤੇ ਹੀ 7-8,000 ਹੀ ਜਿਹਦੇ ਵਿੱਚ ਮੁਸਲਮਾਨ ਜਿਹੜੇ ਭਰਾ ਸੀ ਉਹ ਜ਼ਿਆਦਾ ਸੀ ਸਿੱਖ ਸਾਰੇ ਹੀ ਮੇਰਾ ਖਿਆਲ 200-300 ਬੰਦਾ ਹੋਵੇਗਾ ਟਾਵਾਂ ਟਾਵਾਂ ਦੇਖਦਾ ਸੀ ਇਹ ਝੂਠ ਨਾ ਮਾਰੋ ਸਹੀ ਗੱਲ ਕਰੋ
ਦੂਜੀ ਗੱਲ ਜਿਹੜੀ ਕਾਲੀ ਸੂਚੀ ਨਹੀਂ ਕੱਢੀ, ਕਾਲੀ ਸੂਚੀ ਬਿਲਕੁਲ ਖਤਮ ਹੋ ਚੁੱਕੀ ਹੈ। ਇਹ ਦੱਸਣ ਵੀ ਕਿਹੜਾ ਬੰਦਾ ਜਿਹੜਾ ਹੈ ਉਹ ਜਾਣਾ ਚਾਹੁੰਦਾ ਹੈ, ਉਹਨੂੰ ਵੀਜ਼ਾ ਨਹੀਂ ਮਿਲਦਾ, ਪਾਸਪੋਰਟ ਨਹੀਂ ਮਿਲਦਾ, ਮੋਦੀ ਦਾ ਕੀ ਲੈਣਾ ਦੇਣਾ ਹੈ, ਮੋਦੀ ਦੀ ਅਮਰੀਕਾ ਫੇਰੀ ਦਾ ਕੀ ਲੈਣਾ ਦੇਣਾ ਹੈ, ਹਾਂਜੀ ਮੋਦੀ ਦਾ ਕੀ ਲੈਣਾ ਦੇਣਾ ਇਹਦੇ ਚ ਦੱਸੋ ਤੁਸੀਂ ਜੀ ਕਾਹਦੇ ਵਿੱਚ। ਮੈਂ ਜਸਵਿੰਦਰ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਮਰੀਕਾ ਫੇਰੀ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਮੋਦੀ ਦੀ ਤੁਸੀਂ? ਹੁਣ ਮੈਂ ਡਾਕਟਰ ਸਾਹਿਬ ਦੀ ਵੀ ਗੱਲ ਸੁਣਾਂਗਾ, ਉਹਨਾਂ ਨੇ ਕਿਹਾ ਕਿ ਮੁਜ਼ਾਹਰਾ ਜਿਹੜੇ ਬਾਹਰ ਸੀਗੇ ਕੋਈ ਲਗਭਗ 700-800 ਬੰਦਾ ਸੀਗਾ, 7-8 ਹਜ਼ਾਰ ਬੰਦਾ ਸੀਗਾ, ਮਾਫੀ ਚਾਹਾਂਗਾ, ਜਿਹਦੇ ਵਿੱਚ ਉਹਦੇ ਵਿੱਚ ਸਿੱਖ ਕਮੇਟੀ ਪੂਰੇ ਅਮਰੀਕਾ ਤੋਂ ਆਈ ਹੋਈ ਸੀ। ਹਾਂ, ਔਰ ਮੈਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਹੈ, ਇਕੱਲੇ ਇਕੱਲੇ ਬੰਦੇ ਆਪਣੇ ਬੰਦਿਆਂ ਨੂੰ ਅਸੀਂ ਮਿਲੇ ਆ, ਉਹਨਾਂ ਨੂੰ ਵੀ ਕਵਰੇਜ ਕੀਤਾ, ਜਿਹੜਾ ਇਹ ਕਹਿ ਰਹੇ 25-30 ਹਜ਼ਾਰ ਹੈ ਬਿਲਕੁਲ ਟੋਟਲੀ ਰੋਂਗ ਹੈ, ਇਹਦਾ ਮਤਲਬ ਇਹ ਉੱਥੇ ਪ੍ਰੈਜ਼ੈਂਟ ਨਹੀਂ ਹੈ। ਜਿਹੜੀ ਗੱਲ ਆ ਜੀ, ਮੀਡੀਆ ਇੱਥੋਂ ਆਪੇ ਪੇਪਰਾਂ 'ਚ ਆ ਜਾਣੀਆਂ ਖਬਰਾਂ, ਵੀਡੀਓ ਨਿਕਲੀਆਂ ਪੈਰਲ ਹੋਈਆਂ ਮੀਡੀਆ, ਮੈਂ ਤੁਹਾਨੂੰ ਚਲੋ ਮੁੱਦਾ ਇਸ ਗੱਲ ਦਾ ਨਹੀਂ ਹੈਗਾ ਕਿ ਉੱਥੇ ਕਿੰਨੇ ਬੰਦੇ ਸੀਗੇ, ਮੁੱਦਾ ਇਸ ਗੱਲ ਦਾ ਹੈ ਕਿ ਕੌਮ ਨੂੰ ਕੀ ਦੇਣ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਜਿਵੇਂ ਜੰਡੀ ਜੀ ਨੇ ਸਾਨੂੰ ਕਿਹਾ, ਡਾਕਟਰ ਗਿੱਲ ਤੁਸੀਂ ਸਹਿਮਤੀ ਰੱਖਦੇ ਹੋ ਇਸ ਗੱਲ ਨਾਲ? ਕੋਈ ਮਸਲਾ ਹੱਲ ਨਹੀਂ ਹੋਣਾ, ਹਰ ਗੱਲ ਟੇਬਲ ਤੇ ਹੋਣੀ ਹੈ, ਔਰ ਟੇਬਲ ਦੇ ਵਾਸਤੇ ਅਸੀਂ ਸਿੱਖਾਂ ਦੇ ਮਸਲੇ ਅਸੀਂ ਪਰਸਨਲ ਮਸਲੇ ਤੇ ਲੈ ਕੇ ਨਹੀਂ ਗਏ, ਕੌਮ ਦੇ ਮਸਲੇ ਲੈ ਕੇ ਗਏ ਆ। ਕੌਮ ਦੇ ਮਸਲੇ ਪਹਿਲਾਂ ਵੀ 2015 ਚ ਲੈ ਕੇ ਗਏ ਔਰ ਸੁਣੇ ਆ ਉਹਨਾਂ ਨੇ, ਔਰ ਉਹ ਪੂਰੇ ਕੀਤੇ ਆ। ਕਹਿੰਦੇ ਉਹ ਤੇ ਮੈਂ ਉਹ ਦੱਸ ਦਿੰਦਾ ਕਿਹੜੇ ਕਿਹੜੇ ਮਸਲੇ ਆ, ਹੁਣ ਜਿਹੜੇ ਅਸੀਂ ਦਿੱਤੇ ਉਹ ਤੁਹਾਨੂੰ ਦੱਸ ਦਿੱਤਾ, ਇਹਦੇ ਚ ਦੱਸੋ ਸਾਡਾ ਕਿਹੜਾ ਪਰਸਨਲ ਮਸਲਾ ਹੈ ਜੇ ਕੌਮ ਦਾ ਮਸਲਾ ਨਹੀਂ ਹੈ ਤੇ। ਜੀ ਜੰਡੀ ਜੀ ਜੀ ਦੇਖੋ, ਹਾਂਜੀ ਪਹਿਲਾਂ ਵੀ ਦੇਖੋ ਵਾਪਸ ਮਿਲਿਆ ਇਹਨੂੰ, ਪਹਿਲੇ ਜਿਹੜੇ ਸੀਗੇ ਇਹਨਾਂ ਦੇ ਇੰਡੀਆ ਦੇ ਆਫੀਸ਼ੀਅਲ ਜਿਹੜੇ ਸੀਗੇ ਉਹ ਆਇਆ ਸੀ, ਰਾਜ ਮੰਤਰੀ ਕੇਂਦਰੀ ਮੰਤਰੀ ਵਗੈਰਾ ਤੇ ਨਿਊਯਾਰਕ ਚ। ਉਹ ਤੋਂ ਬਾਅਦ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਮੇਰਾ ਸਵਾਲ ਆ ਵੀ ਤੁਸੀਂ ਦੱਸੋ ਕਿਹੜਾ ਮਸਲਾ ਹੱਲ ਹੋਇਆ ਅੱਜ ਤਾਈਂ, ਕਿਹੜਾ ਸਿੱਖਾਂ ਨੇ, ਜਾਂ ਤੁਸੀਂ ਹੁਣ ਅੱਜ ਇਹ ਸਭ ਚਪਲੀਆਂ ਝਾੜਨ ਵਾਲੇ ਆ ਜਿਹੜੇ ਉੱਥੇ ਜਾਂਦੇ ਆ, ਕੋਈ ਨਿਗਾਹ ਸਿਰਫ ਇਹਨਾਂ ਦੀ ਆਪਣੀ ਦੌੜ ਲੱਗੀ ਹੋਇਆ ਵੀ ਭਾਈ ਸਾਨੂੰ। ਚਲੋ ਮੈਂ ਇਸ ਗੱਲ ਦਾ ਜਵਾਬ ਜ਼ਰੂਰ ਲਵਾਂਗਾ। ਇਹਨਾਂ ਨੂੰ ਇੰਡੀਆ ਜਾਂਦੇ ਜੀ ਵੀਆਈਪੀ ਟ੍ਰੀਟਮੈਂਟ ਮਿਲਦਾ ਆ, ਬਾਕੀ ਸਾਰੀ ਦੁਨੀਆ ਬੇਕੂਸ ਤੇ ਲੋਕ ਚੈੱਕ ਜੀ। ਠੀਕ ਹੈ ਡਾਕਟਰ ਸਾਹਿਬ, ਆਈ ਵਿਲ ਟੇਕ ਯੂ ਔਨ ਏਅਰ। ਮੈਂ ਫਿਲਹਾਲ ਇੱਕ ਕਮਰਸ਼ੀਅਲ ਬ੍ਰੇਕ ਲਈ ਇੱਥੇ ਰੁਕ ਰਿਹਾ, ਮੈਨੂੰ ਸਮਾਂ ਇਜਾਜ਼ਤ ਹਜੇ ਨਹੀਂ ਦੇ ਰਿਹਾ, ਤੁਸੀਂ ਦੋਵੇਂ ਸਾਡੇ ਨਾਲ ਲਾਈਨ ਤੇ ਬਣੇ ਰਹੋ, ਮੈਂ ਇਸ ਗੱਲ ਦਾ ਆਨਸਰ ਤੁਹਾਡੇ ਤੋਂ ਜ਼ਰੂਰ ਲਵਾਂਗਾ, ਲੇਕਿਨ ਬ੍ਰੇਕ ਤੋਂ ਉਸ ਪਾਰ। ਅਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਜਾਣ ਤੋਂ ਪਹਿਲਾਂ ਡਾਕਟਰ ਸੁਰਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਜੰਡੀ, ਡਾਕਟਰ ਸੁਰਿੰਦਰ ਸਿੰਘ ਗਿੱਲ ਜੋ ਕਿ ਡਾਇਰੈਕਟਰ ਹਨ ਸਿੱਖਸ ਆਫ ਅਮੈਰੀਕਾ ਦੇ, ਜਸਵਿੰਦਰ ਸਿੰਘ ਜੰਡੀ ਜੋ ਕਿ ਮੁੱਖ ਸੇਵਾਦਾਰ ਹਨ ਫਰੀਮੋਂਟ ਗੁਰਦੁਆਰਾ ਸਾਹਿਬ ਕੈਲੀਫੋਰਨੀਆ ਦੇ। ਸੋ ਦੋਵਾਂ ਦੇ ਅਸੀਂ ਪ੍ਰਤੀਕਰਮ ਸੁਣ ਰਹੇ ਸੀਗੇ, ਅਤੇ ਜੰਡੀ ਜੀ ਨੇ ਸਵਾਲ ਪੁੱਛਿਆ ਕਿ ਕੀ ਕੁਝ ਜਿਹੜਾ ਵੱਡਾ ਐਲਾਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ, ਔਰ ਅੱਜ ਤੱਕ ਕਿਹੜੇ ਮਸਲੇ ਜਿਹੜੇ ਨੇ ਉਹ ਹੱਲ ਹੋਏ ਹਨ ਜ਼ਮੀਨੀ ਪੱਧਰ 'ਤੇ। ਅਤੇ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇਸ ਸਵਾਲ ਦਾ ਜਵਾਬ ਜ਼ਰੂਰ ਲੈਣਾ ਚਾਹਾਂਗਾ। ਦੇਖੋ, ਇਹ 2015 'ਚ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ ਸੀ, ਉਦੋਂ ਕਿਤੇ ਕੋਈ ਗੱਲ ਨਹੀਂ ਕਿਉਂਕਿ ਇਹਦੇ ਉੱਤੇ ਬੜੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਸੀ, ਅਸੀਂ ਵੀ ਲੱਗੇ ਹੋਏ ਸੀ ਇਹ ਪ੍ਰੋਜੈਕਟ ਜਿਹੜਾ ਹੈ, UN ਉਹਦੇ ਐਕਸ ਜਿਹੜੇ ਅੰਬੈਸਡਰ ਸੀ ਉਹਨਾਂ ਨਾਲ ਲੱਗ ਕੇ ਅਸੀਂ $60,000 ਲਾ ਕੇ ਉਹ ਪ੍ਰੋਜੈਕਟ ਦੋਵਾਂ ਪਾਸੇ ਸਰਵੇ ਕਰਾ ਕੇ ਕੀਤਾ ਸੀ, ਉਹ ਕਿਤਾਬਚਾ ਤਿਆਰ ਕਰਕੇ ਅਸੀਂ ਉਹ ਮੋਦੀ ਸਾਹਿਬ ਨੂੰ ਉਹ ਦਿੱਤਾ ਸੀ। ਉੱਧਰ ਅਸੀਂ ਪਾਕਿਸਤਾਨ ਵੀ ਜਿਹੜੇ ਉਦੋਂ ਪ੍ਰਧਾਨ ਮੰਤਰੀ ਉਹਨਾਂ ਨੂੰ ਦਿੱਤਾ ਸੀ, ਔਰ ਉਹ ਪ੍ਰੋਜੈਕਟ ਤੇ ਹੁਣ ਇਹਨਾਂ ਨੇ ₹120 ਕਰੋੜ ਹਿੰਦੁਸਤਾਨ ਦੀ ਗੌਰਮੈਂਟ ਨੇ ਸੈਂਕਸ਼ਨ ਕੀਤਾ ਹੈ, ਔਰ 200 ਕਰੋੜ ਜਿਹੜਾ ਹੈ ਉਹ ਪਾਕਿਸਤਾਨ ਨੇ ਲਾਇਆ ਹੈ। ਇੱਕ ਤੇ ਇਹ ਮੁੱਦਾ ਸੀ, ਦੂਸਰਾ ਸੀ ਉਹਨਾਂ ਟਾਈਮਾਂ ਤੇ ਕਾਲੀ ਸੂਚੀ ਐਗਜ਼ਿਸਟ ਕਰਦੀ ਸੀ, ਇਸ ਕਰਕੇ ਉਦੋਂ ਅਸੀਂ ਇਹ ਕਿਹਾ ਸੀ ਕਿ ਜਿਹੜੇ ਇਹਨਾਂ ਦੇ ਪਰਿਵਾਰ ਹੈ ਉਹ ਪ੍ਰਾਇਮਰੀ ਨਹੀਂ ਹੈ, ਪ੍ਰਾਇਮਰੀਆਂ ਨੂੰ ਤੁਸੀਂ ਨਾ ਵੀਜ਼ਾ ਦਿਓ ਪਰ ਬਾਕੀ ਫੈਮਿਲੀ ਮੈਂਬਰਾਂ ਨੂੰ ਵੀਜ਼ਾ ਦਿਓ ਤਾਂ ਕਿ ਉਹ ਆਪਣੀ ਕੰਟਰੀ 'ਚ ਜਾ ਕੇ ਆਪਣੀਆਂ ਫੈਮਿਲੀਆਂ ਦੇ ਸਕਣ, ਆਪਣੇ ਮਾਂ ਪਿਓ ਨੂੰ ਮਿਲ ਸਕਣ, ਆਪਣੀਆਂ ਜ਼ਮੀਨਾਂ ਘਰਾਂ ਦੀ ਟੇਕ ਕੇਅਰ ਕਰ ਸਕਣ। ਉਹ ਵੀਜ਼ੇ ਮਿਲੇ ਆ, ਔਰ ਸਾਡੇ ਕੋਲ ਲਿਸਟ ਹੈ ਜਿਹਨਾਂ ਜਿਹਨਾਂ ਨੇ ਸਾਡੇ ਰਾਹੀਂ ਵੀਜ਼ੇ ਲਏ ਆ ਜਾਂ ਜਿਹਨਾਂ ਨੇ ਸਾਨੂੰ ਅਪਰੋਚ ਕੀਤੀ ਜਾਂ ਅੰਬੈਸੀ ਨੇ ਰੋਕੇ ਉਹਨਾਂ ਨੂੰ ਦਵਾਏ ਆ ਜੀ। ਇਸ ਵਾਰ ਅਸੀਂ ਜਿਹੜਾ ਹੈ ਪ੍ਰਾਇਮਰੀ ਜਿਹੜੇ ਅਸੈਲੀ ਹੈ, ਤੁਸੀਂ ਕਹਿ ਰਹੇ ਕਿ ਇਹ ਜਿਹੜੇ ਕੰਮ ਨੇ ਉਹ ਹੋਏ ਨੇ ਪਿਛਲੇ 3-4 ਸਾਲਾਂ ਦੇ ਵਿੱਚ? ਹਾਂ, ਜਦ ਤੋਂ ਪ੍ਰਧਾਨ ਮੰਤਰੀ ਮੋਦੀ ਹੋਣ ਦੇ ਵਿੱਚ ਆਏ ਹਨ ਭਾਰਤ ਦੇ ਵਿੱਚ, ਔਰ ਅੱਜ ਹੀ ਮੈਂ ਡਿਨਰ ਤੋਂ ਆਇਆ ਹੈ, ਬੀਜੇਪੀ ਦਾ ਕੋਈ ਇਹਨਾਂ ਦਾ ਐਕਸ ਪ੍ਰੈਜ਼ੀਡੈਂਟ ਆਇਆ ਹੋਇਆ ਸੀ, ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੇ 2 ਨਾਂ ਹੈ ਜਿਹੜੇ ਉਹ ਰਹਿ ਗਏ ਹੈ, ਔਰ ਕਾਲੀ ਸੂਚੀ ਤੁਸੀਂ ਹਰ ਵਾਰ ਕਹਿ ਦਿੰਦੇ ਆ, ਸਾਨੂੰ ਨਾਂ ਤੇ ਦੱਸੋ ਜਿਹੜੇ ਨਾਂ ਤੁਸੀਂ ਇਹਦੇ ਚ ਕੱਢੇ। ਉਹ ਕਹਿੰਦੇ ਜੀ ਟੋਟਲ ਸੂਚੀ ਖਤਮ ਹੋ ਗਈ ਹੈ, ਔਰ ਜਿਹੜੇ 2 ਨਾਂ ਹੈਗੇ ਆ ਉਹਦੇ ਵਿੱਚ ਇੱਕ ਪੰਨੂ ਸਾਹਿਬ ਗੁਰਪਤਵੰਤ ਦਾ ਨਾਂ ਦੱਸਦੇ, ਇੱਕ ਡਾਕਟਰ ਅਮਰਜੀਤ ਸਿੰਘ ਦਾ ਨਾਂ ਦੱਸਦੇ ਆ, ਬਾਕੀ ਕੋਈ ਕਾਲੀ ਸੂਚੀ
ਨਹੀਂ ਹੈਗੀ, ਉਹ ਕਹਿੰਦੇ ਫਿਰ ਵੀ ਕੋਈ ਹੈ ਸਾਨੂੰ ਦੱਸੋ ਇਹਨਾਂ ਤੋਂ ਇਲਾਵਾ। ਜੀ ਜੰਡੀ ਸਾਹਿਬ ਕੀ ਸਪਸ਼ਟੀਕਰਨ ਤੁਹਾਡਾ ਇਸ ਦੇ ਉੱਤੇ? ਉਹ ਕਹਿ ਰਹੇ ਨੇ ਜ਼ਮੀਨੀ ਪੱਧਰ ਤੇ ਸਾਰੇ ਕੰਮ ਹੋ ਰਹੇ ਨੇ ਕੌਮ ਦੇ, ਫਿਰ ਕਾਹਦਾ ਰੌਲਾ ਹੈਗਾ? ਡੈਮੋਕ੍ਰੇਸੀ ਦੇ ਵਿੱਚ ਟੇਬਲ ਤੇ ਗੱਲ ਹੁੰਦੀ ਹੈ ਜੀ, ਬੰਦੂਕਾਂ ਨਾਲ ਗੱਲ ਨਹੀਂ ਹੁੰਦੀ, ਨਾ ਰੌਲਾ ਪਾ ਕੇ ਗੱਲ ਦੀ ਗੱਲ ਹੁੰਦੀ ਹੈ। ਡਾਕਟਰ ਸਾਹਿਬ ਆਈ ਗਿਵ ਯੂ ਟਾਈਮ, ਡਾਕਟਰ ਸਾਹਿਬ ਆਈ ਗਿਵ ਯੂ ਟਾਈਮ, ਲੈਟ ਮਿਸਟਰ ਜੰਡੀ ਸਪੀਕ। ਆਲੇਵਾਲੀਆ ਸਾਹਿਬ ਟੇਬਲਾਂ ਤੇ ਗੱਲਾਂ ਕਰਨ ਵਾਲੇ ਇੱਥੇ ਵੀ ਹੈਗੇ, ਸਾਡੇ 2.5 ਲੱਖ ਸਿੱਖ ਰਹਿੰਦਾ ਬੇ ਏਰੀਏ ਚ, ਇੱਧਰ ਅੰਟਾਇਰ 100 ਮੀਲ ਦੇ ਏਰੀਏ ਚ ਜੀ, ਤੇ ਇੱਥੇ ਵੀ ਜਿਹੜੇ ਜਾਂਦੇ ਆ ਬੀਆਈਪੀ ਐਮਬੈਸੀ ਚ ਜਾਂਦੇ ਆ, ਇਹਨਾਂ ਵਰਗੇ ਜਿਹੜੇ ਜਿਹਨਾਂ ਨੂੰ ਬੀਜੇਪੀ ਮਿਲਦੇ ਜਿਹੜਾ ਮਰਜ਼ੀ ਲਵਾ ਦਿੰਦੇ ਆ, ਤੇ ਇੱਥੇ ਮੈਂ ਹਜ਼ਾਰਾਂ ਬੰਦੇ ਦੀ, ਅੱਜ ਮੈਨੂੰ ਪਤਾ ਨਹੀਂ ਸੀ ਇਹ ਇਸ਼ੂ ਆਉਣਾ, ਨਹੀਂ ਮੈਂ ਤੁਹਾਨੂੰ ਲਿਸਟਾਂ ਦੇ ਦਊਂਗਾ ਵੀ ਇੱਥੇ ਹਜ਼ਾਰਾਂ ਬੰਦਾ ਜਿਹਨਾਂ ਨੂੰ ਵੀਜ਼ਾ ਨਹੀਂ ਮਿਲਦਾ ਇੰਡੀਆ ਦਾ ਜੀ, ਤੇ ਇਹਨਾਂ ਨੂੰ ਮਿਲਦਾ ਜਦੋਂ ਮਰਜ਼ੀ ਜਾ ਕੇ ਲੈ ਲੈਣ, ਜਿਹਨੂੰ ਮਰਜ਼ੀ ਦਵਾ ਦੇਣ, ਇਹਨਾਂ ਦੀ ਚੱਲਦੀ ਆ ਕਿਉਂਕਿ ਇਹਨਾਂ ਨੇ ਆਲਰੇਡੀ ਗੋਡੇ ਟੇਕ ਦਿੱਤੇ ਹੋ ਆ। ਕੋਰੀਡੋਰ ਦਾ ਜਿਹੜਾ ਕਿਹਾ ਇਹਨਾਂ ਨੇ, ਉਹ ਸਿੱਧੂ ਸਾਹਿਬ ਨੇ ਜੋ ਆਪਣੇ ਨਵਜੋਤ ਸਿੰਘ ਸਿੱਧੂ ਨੇ ਗੱਲ ਲਿਆਂਦੀ ਸੀਗੀ, ਉਹ ਤੋਂ ਬਾਅਦ ਇਹਨਾਂ ਨੇ ਬਾਈ ਕੀਤੀ ਹੈ ਇਹ ਗੱਲ, ਬਾਕੀ ਗੱਲ ਉਹ ਪਹਿਲਾਂ ਹੀ ਪ੍ਰਾਈਮ ਮਿਨਿਸਟਰ ਵਰਗੇ। ਕਿਉਂਕਿ ਆ ਜਿਹੜਾ ਕੋਰੀਡੋਰ ਦਾ ਹੀ ਰੌਲਾ ਆ, ਜਦੋਂ ਜਾ ਕੇ ਕਿਤੇ ਬੰਬ ਸਿੱਟ ਦੇਣੇ ਇਲੈਕਸ਼ਨਾਂ ਤੋਂ ਪਹਿਲਾਂ, ਇਲੈਕਸ਼ਨਾਂ ਜਿੱਤਣੀਆਂ, ਇਹ ਸਾਰਾ ਕੁਛ ਇਹ ਖਰਾਬੀ ਕਰ ਰਹੇ ਆ। ਹੁਣ ਕੋਈ ਨਾ ਕੋਈ ਇਸ਼ੂ ਇਹੋ ਜਿਹਾ ਪਾਕਿਸਤਾਨ ਦੇ ਨਾਲ ਸਹੇੜਦੇ ਆ, ਆ 370 ਧਾਰਾ ਜਿਹੜੀ ਆ ਇਹ ਸਾਰਾ ਰੀਜ਼ਨ ਆ ਕੋਰੀਡੋਰ ਬੰਦ ਕਰਨ ਦੀ। ਇਹ ਕੋਰੀਡੋਰ ਖੁੱਲੂਗੀ ਫਿਰ ਦੇਖਾਂਗੇ, ਫਿਰ ਅਸੀਂ ਦੇਖਾਂਗੇ ਵੀ ਕੀ ਬਣਾਉਂਦੇ ਆ, ਠੀਕ ਹੈ ਨਾ। ਬਾਕੀ ਆਪਣਾ ਆਪਣਾ ਜਿੱਥੇ ਕਿਸੇ ਦਾ ਸੂਤ ਆ, ਕੋਰੀਡੋਰ ਬੰਦ ਕਰਨਾ ਚਾਹੁੰਦੇ ਜਿਹੜੇ ਇਹ ਰੌਲਾ ਪਾ ਰਹੇ ਆ, ਉਹ ਵੱਖਰੇ ਮੁਲਕ ਦੀ ਮੰਗ ਕਰਦੇ ਆ, ਇਹ ਰੋਕਣਾ ਚਾਹੁੰਦੇ ਕਰਤਾਰਪੁਰ ਕੋਰੀਡੋਰ ਨਾ ਖੁੱਲੇ। ਜਸਵਿੰਦਰ ਜੀ ਤੁਸੀਂ ਰੋਕਣਾ ਚਾਹੁੰਦੇ ਹੋ ਕਿ ਕਰਤਾਰਪੁਰ ਕੋਰੀਡੋਰ ਨਾ ਖੁੱਲੇ? ਡੈਲੀਗੇਟ ਜ਼ਰੂਰ ਗਿਆ ਆ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ, ਹੁਣ ਉੱਥੇ ਕਾਨਫਰੰਸ ਵੀ ਹੋਈ ਆ, ਸਾਰੇ ਬੰਦੇ ਉਹਨਾਂ ਨੇ ਸੱਦੇ ਆ, ਸਾਰੇ ਜਾ ਕੇ ਸਾਰਾ ਜਾਇਜ਼ਾ ਲੈ ਕੇ ਆਏ, ਸਾਰਾ ਕੁਛ ਕਰਕੇ ਆਏ ਆ। ਡਾਕਟਰ ਸਾਹਿਬ ਜੀ ਸਾਡੇ ਨਾਲ ਰੋਟੀਆਂ ਸੇਕੀ ਜੋ ਵੱਖਰੀ ਗੱਲ ਹੈ, ਰੋਟੀਆਂ ਤਾਂ ਤੁਸੀਂ ਸੇਕਦੇ ਜੀ, ਤੁਹਾਨੂੰ ਮਿਲਦੀਆਂ ਇੰਡੀਆ ਚ ਵੀਆਈਪੀ ਟ੍ਰੀਟਮੈਂਟ ਮਿਲਦੇ ਆ ਇੱਧਰ ਦਿਆਂ ਨੂੰ, ਤੁਹਾਨੂੰ ਸਾਨੂੰ ਤਾਂ ਰੋਟੀਆਂ, ਅਸੀਂ ਤਾਂ ਕਿਰਤੀ ਬੰਦੇ ਆ, ਸਾਨੂੰ ਨਾ ਲੋੜ ਆ ਕੋਈ ਰੋਟੀਆਂ ਦੀ, ਠੀਕ ਹੈ। ਕਿਉਂ ਅਸੀਂ ਮੂਰੇ ਲਾਉਂਦੇ ਆ, ਜਿੰਨੇ ਜਾ ਕੇ ਮੋਦੀ ਨਾਲ ਸਿਆਪਾ ਕਰਨ ਗਏ ਆ ਸਾਰੇ ਕਿਰਤੀ ਬੰਦੇ ਆ, ਕੋਈ ਟਰੱਕ ਚਲਾਉਂਦਾ, ਕੋਈ 7-11 ਤੇ ਕੰਮ ਕਰਦਾ, ਸਾਰੇ ਉੱਥੇ ਜਿਹੜਾ 20-25 ਹਜ਼ਾਰ ਬੰਦਾ ਗਿਆ ਸਾਰੇ ਇੱਦਾਂ ਦੇ ਸੀਗੇ। ਸਾਨੂੰ ਵੀ ਉਹ ਸ਼ਾਬਾਸ਼ ਦਿੰਦੇ ਆ, ਤੁਸੀਂ ਵੀ ਠੀਕ ਕੰਮ ਕਰ ਰਹੇ ਹੋ, ਮੈਂ ਪਹਿਲਾਂ ਹੀ ਵਾਰਾਂ ਸੁਣਿਆ ਵੀ ਤੁਸੀਂ ਉਹ ਗੱਲ ਕਰ ਰਹੇ ਹੋ ਜੀ। ਇੰਨੇ ਨੌਜਵਾਨ ਜੇਲਾਂ ਚ ਆ ਜਿਹੜੇ ਹੁਣ ਤਾਈ ਜੇਲਾਂ ਵੀ ਪੂਰੀਆਂ ਹੋ ਗਈਆਂ, ਹਜੇ ਤਾਈ ਰੋਲ ਰਹੇ ਆ, ਦੋ ਇੱਕ ਬਜ਼ੁਰਗ ਮੰਜੇ ਤੇ ਪਿਆ 7 ਸਾਲ ਹੋ ਗਏ ਉਹਨੂੰ, ਤੇ ਇੱਕ ਗੁਰਬਖਸ਼ ਸਿੰਘ ਸ਼ਹੀਦੀ ਦੇ ਗਿਆ, ਤੁਹਾਡੀ ਕੀ ਦੇਣ ਆ, ਤੁਹਾਨੂੰ ਦਿਸਿਆ ਨੀਗਾ ਉਹ ਵੀ ਮੁੰਡੇ ਇੰਨੇ ਇੰਨੇ ਸਾਲਾਂ ਤੇ ਜੇਲਾਂ ਚ ਆ? ਇਸ ਗੱਲ ਨੂੰ 36 ਸਾਲ ਹੋ ਗਏ ਆ, ਤੁਸੀਂ ਕਹਿੰਦੇ 2015 ਚ ਵੀ ਅਸੀਂ ਮੀਟਿੰਗ ਕੀਤੀ ਸੀ, ਲੈ ਕੇ ਗਏ ਸੀ ਇਸ਼ੂ, ਤੇ ਬੰਦੇ ਤਾਂ ਉਦਾਂ ਹੀ ਜੇਲ ਚੋ ਆ, ਜੇਲਾਂ ਚੋ ਆ? ਨਹੀਂ ਉਸ ਵੇਲੇ ਇਹ ਮਸਲਾ ਅਸੀਂ ਜਿਹੜਾ ਆਮ ਮਾਫੀ ਵਾਲਾ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ, ਉਹ ਅਸੀਂ ਹੁਣ ਮਸਲਾ ਮਾਫੀ ਤੋਂ ਬਾਅਦ ਲੈ ਕੇ ਗਏ ਆ। ਚਲੋ ਆਈ ਥਿੰਕ ਮੈਮੋਰੈਂਡਮ ਆ ਦੇ ਜੱਗੀ ਜੀ ਤੇ ਡਾਕਟਰ ਸਾਹਿਬ ਜੋੜ ਚੱਕਿਆ, ਜੱਗੀ ਜੋੜ ਮੁੰਡਾ ਅੰਦਰ ਵਾ, ਉਹਦੇ ਤੇ ਕੋਈ ਸੁਣਵਾਈ ਨਹੀਂ, ਮੁੰਡੇ ਦੀ ਝੂਠੇ ਕੇਸ ਪਾਏ ਵਾ, ਉਹ ਕਿਹੜੇ ਮਸਲੇ ਤੁਸੀਂ ਹੱਲ ਕਰ ਲਏ ਆ ਮੋਦੀ ਤੋਂ, ਕਿਹੜੇ ਕਰਾ ਲਏ ਆ?
ਦੇਖੋ ਜੀ ਜੱਗੀ ਜੋ ਜੱਗੀ ਚੋਲ ਦਾ ਮਸਲੇ ਦਾ ਕੈਨੇਡਾ ਤੋਂ ਮੁੰਡੇ ਗਏ ਫੜੇ ਹੋਆ, ਜਰਮਨ ਤੋਂ ਮੁੰਡੇ ਗਏ ਹੋਆ, ਅਮਰੀਕਾ ਤੋਂ ਮੁੰਡੇ ਗਏ ਫੜੇ ਹੋਆ। ਜੀ ਜੀ ਗਿੱਲ ਸਾਹਿਬ, ਉਹਨਾਂ ਨੂੰ ਕੰਪਲੀਟ ਕਰਨ ਤੋਂ ਜੱਗੀ ਜੀ ਤੁਹਾਡਾ ਸਵਾਲ ਸਮਝ ਆ ਗਿਆ ਉਹਨਾਂ ਨੂੰ। ਜੀ ਗਿੱਲ ਸਾਹਿਬ, ਹਾਂਜੀ ਦੇਖੋ ਜਿਹੜੀ ਜੱਗੀ ਚੋਲ ਦੀ ਇਹ ਗੱਲ ਕਰ ਰਹੇ ਹਾਂ ਨਾ, ਜੱਗੀ ਚੋਲ ਬਹੁਤ ਐਕਟਿਵ ਮੈਂਬਰ ਸੀ, ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹਨੇ ਇੰਨਾ ਕੁਝ ਬਿਹੂਦਾ ਲਿਖਿਆ ਸੀ ਜਿਹੜਾ ਕਿ ਕਾਨੂੰਨ ਦੇ ਖਿਲਾਫ ਸੀ, ਉਸ ਕਰਕੇ ਉਹਨੂੰ ਚੱਕਿਆ ਗਿਆ ਸੀ। ਔਰ ਇੱਕ ਬੰਦਾ ਤੁਸੀਂ ਦੇਖੋ ਗਾਲਾਂ ਕੱਢੀ ਜਾਵੇ, ਇੱਕ ਚੁੱਪ ਬੈਠਾ ਹੋਵੇ ਤੇ ਅਗਲਾ ਜਿਹੜਾ ਗਾਲਾਂ ਸੁਣਨ ਵਾਲਾ ਉਹਨੂੰ ਬਖਸ਼ੇਗਾ ਪਹਿਲਾਂ ਇਹਦੀ ਗੱਲ ਦੱਸੋ ਹਾਂ ਤੁਸੀਂ, ਕਿਉਂਕਿ ਡੈਮੋਕਰੇਸੀ ਡੈਮੋਕਰੇਸੀ ਦੇ ਉੱਤੇ ਪਿਆਰ ਨਾਲ ਗੱਲ ਕਰੋ, ਟੇਬਲ ਤੇ ਗੱਲ ਕਰੋ, ਤੁਹਾਡੇ ਮਸਲੇ ਹੱਲ ਹੋਣਗੇ। ਜੇ ਨਹੀਂ ਹੁੰਦਾ ਫਿਰ ਤੁਸੀਂ ਪ੍ਰੋਟੈਸਟ ਜਾਓ, ਤੁਸੀਂ ਤੇ ਰੌਲਾ ਪਾ ਰਹੇ ਹੋ ਇੱਥੇ। ਜੇ ਤੁਸੀਂ ਖਾਲਿਸਤਾਨ ਬਣਾਉਣਾ ਚਾਹੋ ਹਾਂ ਹਿੰਦੁਸਤਾਨ ਚ, ਪੰਜਾਬ ਚ ਜਾਓ, ਉੱਥੇ ਪਾਓ ਖਾਂ ਪਾਓ ਹਾਂ ਰੌਲਾ। ਇੱਥੋਂ ਗਏ ਆ ਪੰਜਾਬ ਚ ਹੀ ਜਾ ਕੇ ਸ਼ਹੀਦੀਆਂ ਪਾਈਆਂ ਮੁੰਡਿਆਂ ਨੇ, ਹੁਣ ਵੀ ਕੰਮ ਉੱਥੇ ਕਰਦੇ ਹੀ ਆ। ਸਾਨੂੰ ਤੁਸੀਂ ਕਹਿੰਦੇ ਆ ਮੈਂ ਆਪਣੀ ਨੌਕਰੀ ਖੋਈ ਨਹੀਂ, ਲੈਟਸ ਨਾਟ ਲੈਟਸ what we can take from Narendra Modi to serve this Sikh community, apan kaam nu ki de sakde ha ode utte gal kariye। Jandi sahab ne jehdi gal kiti unna de jehde masle han jo unna de jo gal sochde han ki bharat de vich aa ho reha ya fir jehde shaheed utthe sade singh hoye ne ya fir jehde hor taras di kaum de vich hai ohnu kive suljhaya ja sakda, kyunki tuhanu bahut hi qareebi rishta hega pradhan mantri Modi horan de naal। ਇਸ ਕਰਕੇ ਅੱਜ ਇਸ ਮੰਚ ਨੂੰ ਸਜਾਇਆ ਗਿਆ ਸੀਗਾ, ਨਾ ਕਿ ਅਸੀਂ ਇਸ ਡਿਬੇਟ ਨੂੰ ਕਿਸੇ ਹੋਰ ਪਾਸੇ ਤੋਰੀਏ, ਰੋਡ ਮੈਪ ਕ੍ਰੀਏਟ ਕਰੀਏ ਕਿ ਕਿਵੇਂ ਤੁਰ ਸਕਦੇ ਹਾਂ ਆਪਾਂ। ਮੈਂ ਇਸ ਸਵਾਲ ਦਾ ਜਵਾਬ ਲਵਾਂਗਾ, ਮੈਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਵੀ ਮੈਨੂੰ ਕਾਲ ਕਰਕੇ ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਮੈਂ ਇਸ ਗੱਲ ਦਾ ਵੀ ਜਵਾਬ ਜ਼ਰੂਰ ਡਾਕਟਰ ਗਿੱਲ ਹੋਰਾਂ ਤੋਂ ਲਵਾਂਗਾ, ਜੱਡੀ ਸਾਹਿਬ ਮੌਜੂਦ ਨੇ, ਕਿੱਥੇ ਨਹੀਂ ਜਾ ਰਹੇ। ਅੱਜ ਅਸੀਂ ਇਸ ਮੰਚ ਨੂੰ ਇਸੇ ਕਰਕੇ ਸਜਾਇਆ ਕਿ ਇੱਕ ਰੋਡ ਮੈਪ ਕ੍ਰੀਏਟ ਕਰ ਸਕੀਏ। ਫਿਲਹਾਲ ਮੈਂ ਇੱਕ ਕਮਰਸ਼ੀਅਲ ਰੁਕ ਰਿਹਾ, ਜਦ ਕਮਰਸ਼ੀਅਲ ਤੋਂ ਬਾਅਦ ਆਵਾਂਗਾ ਲਵਾਂਗਾ ਇਸ ਸਵਾਲ ਦਾ ਜਵਾਬ। ਇੱਕ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ, ਮੇਰੇ ਨਾਲ ਜਸਵਿੰਦਰ ਸਿੰਘ ਜੰਡੀ ਜੀ ਵੀ ਜੁੜੇ ਹੋਏ ਨੇ, ਡਾਕਟਰ ਸੁਰਿੰਦਰ ਸਿੰਘ ਗਿੱਲ ਵੀ ਜੁੜੇ ਹੋਏ ਨੇ, ਲੇਕਿਨ ਕਾਫੀ ਸਾਰੇ ਮੇਰੇ ਨਾਲ ਕਾਲਰਸ ਵੀ ਜੁੜੇ ਹੋਏ ਨੇ। ਮੈਂ ਆਪਣੇ ਕਾਲਰਸ ਦੇ ਵੀ ਕਾਲ ਲੈਣਾ ਚਾਹੁੰਦਾ, ਉਹ ਕੀ ਕੁਝ ਇਸ ਮੁਤਲਕ ਕਹਿਣਾ ਚਾਹੁੰਦੇ ਹਨ, ਸੋ ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਅਸੀਂ ਮੈਂ ਨਿਊ ਆਪਣਾ ਕੈਲੀਫੋਰਨੀਆ ਤੋਂ ਬੋਲਦੀ ਹਾਂ, ਜੀਤ ਬੋਲਦੀ ਹਾਂ ਜੀ। ਤਾਂ ਜਿਹੜਾ ਤੁਹਾਡਾ ਟੌਪਿਕ ਚੱਲ ਰਿਹਾ ਉਹਦੇ ਉੱਤੇ ਗੱਲ ਕਰਨੀ ਸੀ ਜੀ। ਕੀ ਵਿਚਾਰ ਰੱਖਦੇ ਹੋ? ਪਹਿਲੀ ਗੱਲ ਤਾਂ ਕਿ ਮੋਦੀ ਸਾਹਿਬ ਜੋ ਵੀ ਆਏ ਨੇ, ਆਪਾਂ 78 ਦੇ ਵਿੱਚ ਸਾਨੂੰ ਕੀ ਮਿਲਿਆ ਜੀ? ਭਾਵੇਂ ਕਾਂਗਰਸ ਦੇ ਕੋਈ ਲੀਡਰ ਹੋਣ, ਭਾਵੇਂ ਬੀਜੇਪੀ ਦੇ ਹੋਣ, ਸਾਨੂੰ ਕਿਸੇ ਤੋਂ ਸਿੱਖਾਂ ਨੂੰ ਕੁਛ ਨਹੀਂ ਮਿਲਿਆ ਔਰ ਨਾ ਹੀ ਮਿਲਣਾ ਹੈ ਜੀ। ਨੰਬਰ 2 ਜਿਹੜੀ ਕਾਲੀ ਸੂਚੀ ਦੀ ਗੱਲ ਕਰ ਰਹੇ ਨੇ, ਤਾਂ ਗਿੱਲ ਸਾਹਿਬ ਦੱਸਣ ਕਿ ਉਹਦੇ ਬਾਰੇ ਇਹ ਕੀ ਕਰ ਰਹੇ ਨੇ, ਕਿੰਨੇ ਕੱਢੇ ਆ, ਉਹਨੂੰ ਡਿਕਲੇਅਰ ਕਰਨ ਪੂਰਾ ਜੀ, ਤਾਂ ਸਾਨੂੰ ਪਤਾ ਚੱਲ ਸਕਦਾ। ਠੀਕ ਹੈ ਜੀ। ਔਰ ਤੀਸਰਾ ਜਿਹੜਾ ਹੈਗਾ ਕਿ ਜਦੋਂ ਵੀ ਆਪਾਂ ਗੱਲ ਨਿਊਜ਼ ਦੇ ਵਿੱਚ ਆਉਂਦੀ ਹੈ ਕਿ $20 ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਮੰਗ ਰਿਹਾ, ਇਹ ਪੰਜਾਬ ਦਾ ਮਸਲਾ, ਸਿੱਖਾਂ ਦਾ ਮਸਲਾ, ਤੇ ਉਹ $20 ਕਿੱਥੋਂ ਆਉਣਗੇ ਕਿ ਉਹ ਕਨਵਰਟ ਕਰਾਉਣਗੇ ਪਹਿਲਾਂ ਮਨੀ? ਜਿਹਨਾਂ ਕੋਲ ਇਸ ਟਾਈਮ ਉੱਥੇ ਜਾਣ ਤੱਕ ਦਾ ਕਿਰਾਇਆ ਨੀ, ਉਹ $20 ਕਿੱਥੋਂ ਲੈ ਕੇ ਆਉਣਗੇ? ਸੋ ਇਹ ਕਲੀਅਰ ਕਰੋ ਕਿ ਰੁਪਿਆਂ ਦੇ ਵਿੱਚ, ਇੰਡੀਅਨ ਦੇ ਵਿੱਚ, ਕਿ ਇਹ ਡਾਲਰ ਦੇ ਵਿੱਚ। ਐਕਚੁਅਲੀ ਜਿਹੜਾ $20 ਹੈਗਾ ਪਾਕਿਸਤਾਨ ਅਥਾਰਟੀ ਨੇ ਮੰਗੇ ਹੈਗੇ ਨੇ, ਜਿਹੜੇ ਵੀ ਪਿਲਗ੍ਰਿਮਸ ਇੱਥੋਂ ਦੀ ਜਾਣਗੇ ਪਾਕਿਸਤਾਨ ਦੇ ਵੱਲ, ਅਤੇ ਇੰਡੀਅਨ ਅਥਾਰਟੀਜ਼ ਨੇ ਮੰਗ ਰੱਖੀ ਹੈ ਕਿ $20 ਜਿਹੜਾ ਪਾਕਿਸਤਾਨ ਹਟਾਏ। ਜਿਹੜੇ ਇੱਥੋਂ ਜਾਣਗੇ ਉਹ ਡਾਲਰ ਦੇ ਦੇਣਗੇ, ਜਿਹੜੇ ਇੰਡੀਆ ਦੇ ਜਾਣਗੇ ਉਹ ਕਿੰਨੇ ਦੇਣਗੇ ਉੱਥੇ? ਉਹ ਕਨਵਰਟ ਕਰ ਲਓ ਜੋ ਵੀ ਰੇਟ ਹੋਏਗਾ, ਆਈ ਥਿੰਕ 1400 ਰੁਪੀਸ ਆਣਗੇ ਇੰਡੀਆ ਦੇ ਹਿਸਾਬ ਨਾਲ, 1400। ਉਹ ਅੱਛਾ, ਫਿਰ ਮਤਲਬ ਇਹ ਮੇਕ ਸ਼ੋਰ ਕਰਨਾ ਸੀ ਕਿ ₹20 ਦੇ ਵਿੱਚ ਹੈਗਾ ਕਿ $20 ਦੇ ਵਿੱਚ ਹੈਗਾ, ਤੇ ਬਾਕੀ ਜਿਹੜਾ ਵੀ ਇਹ ਗਿੱਲ ਸਾਹਿਬ ਹੋਰੀ ਗੱਲ ਕਰ ਰਹੇ ਨੇ, ਇਹ ਤਾਂ ਬਿਲਕੁਲ ਇਹ ਭਾਜਪਾ ਦੇ ਨਾਲ ਨੇ ਜੀ ਸਾਰੇ ਲੋਕ, ਔਰ ਉਹਨਾਂ ਦੇ ਫੇਵਰ ਦੇ ਵਿੱਚ ਇਹ ਗੱਲ ਕਰਦੇ ਨੇ, ਸਾਡੇ ਫੇਵਰ ਦੇ ਵਿੱਚ ਕੋਈ ਲੋਕ ਗੱਲ ਨਹੀਂ ਕਰਦੇ ਹੈਗੇ, ਨਾ ਇਹਨਾਂ ਨੇ ਹਾਲੇ ਤੱਕ ਕੀਤੀ ਹੈਗੀ ਹੈ। ਸੋ ਸਾਨੂੰ ਸਿੱਖਾਂ ਦੇ ਮਸਲੇ ਆਪ ਹੀ ਚੁੱਕਣੇ ਪੈਣਗੇ, ਜਿਵੇਂ ਜੰਡੀ ਸਾਹਿਬ ਇਹਨਾਂ ਦੱਸ ਰਹੇ ਨੇ, ਉਹਨਾਂ ਨੇ ਸਾਰਾ ਕੁਝ ਸਾਨੂੰ ਦੱਸ ਹੀ ਦਿੱਤਾ ਕੀ ਕੁਛ ਸਾਡੇ ਨਾਲ ਹੋਇਆ ਤੇ ਕੀ ਸਾਡੇ ਨਾਲ ਹੋ ਰਿਹਾ। ਸੋ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਨੇ ਬੱਚੇ, ਉਹਨਾਂ ਵਾਸਤੇ ਕਿਹਨੇ ਐਜੀਟੇਸ਼ਨ ਕੀਤੀ ਹੈ? ਉਹ ਸਾਨੂੰ ਕਰਨੀ ਚਾਹੀਦੀ ਹੈ, ਇੱਥੋਂ ਜੰਡੀ ਸਾਹਿਬ ਔਰ ਅਣਮੂਹਰੇ ਲੱਗਣਾ ਚਾਹੀਦਾ ਇਹਨਾਂ ਲੋਕਾਂ ਨੂੰ, ਜਿਹੜੀਆਂ ਇੱਥੇ ਬਾਕੀ ਹੋਰ ਵੀ ਸਿੱਖ ਜਥੇਬੰਦੀਆਂ ਉਹਨਾਂ ਨੂੰ ਲੱਗਣਾ ਚਾਹੀਦਾ, ਤਾਂ ਦਾ ਕੁਛ ਮਸਲਾ ਹੱਲ ਹੋ ਸਕਦਾ। ਜੇ ਅਸੀਂ ਕਹਾਂਗੇ ਗਿੱਲ ਸਾਹਿਬ ਡਾਕਟਰ ਜਾਣਗੇ, ਇਹਨਾਂ ਦੇ ਨਾਲ ਹੋਰ ਚਾਰ ਇਹਨਾਂ ਵਰਗੇ ਜਾਣਗੇ, ਕਿਉਂਕਿ VIP ਨੇ,
ਇਹਨਾਂ ਨੂੰ ਟ੍ਰੀਟਮੈਂਟ ਉੱਥੇ ਵੀ ਮਿਲ ਜਾਏ ਤੇ ਇਹਨਾਂ ਨੂੰ ਇੱਥੇ ਵੀ ਮਿਲ ਜਾਏ। ਠੀਕ ਹੈ ਜੀ, ਮੈਂ ਇਹ ਪੁੱਛ ਲਾਂਗਾ ਜੀ। ਥੈਂਕ ਯੂ ਵੈਰੀ ਮਚ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਆਪਣੇ ਅਸੀਂ ਜੀ ਬੈਂਸਰ ਤੋਂ ਬੋਲ ਰਹੇ ਹਾਂ ਜੀ, ਪਰਮਿੰਦਰ ਬੋਲ ਰਿਹਾ ਜੀ। ਜੀ ਪਰਮਿੰਦਰ ਜੀ, ਕੀ ਕਹਿਣਾ ਚਾਹੋਗੇ? ਭਾਜੀ ਆਪਣੇ ਪ੍ਰੋਬਲਮ ਇਹ ਹੈ, ਆਪਣੇ ਜੰਡੀ ਸਾਹਿਬ ਕਹਿੰਦੇ ਆ ਨਾ ਜੀ, ਅਸੀਂ ਇਹਨਾਂ ਨੇ ਇਹ ਪੁੱਛਣਾ ਚਾਹੁੰਦੇ ਹਾਂ ਜੀ, ਤੁਸੀਂ ਔਨ ਏਅਰ, ਅਸੀਂ ਨਾ ਕੈਨੇਡਾ ਤੋਂ ਬੋਲ ਰਹੇ ਹਾਂ ਜੀ, ਤੇ ਕੈਨੇਡਾ ਦੇ ਵਿੱਚ ਅੰਟਾਰੀਓ ਤੇ ਮਿਨੀਟੋਬਾ ਦੇ ਵਿੱਚ ਬਹੁਤ ਸਾਰੇ ਜੇ ਬੀਜੇਪੀ ਤੇ ਆਰ ਐਸ ਐਸ ਦੇ ਬੰਦੇ ਆ ਨਾ ਜੀ, ਉਹ ਕਹਿ ਰਹੇ ਆ ਜਿਹੜੇ ਸਰਦਾਰਾਂ ਦੀਆਂ ਸ਼ਾਪਾਂ ਆ ਉਹਨਾਂ ਦੇ ਬਾਈਕਆਊਟ ਕੀਤਾ ਜਾਵੇ, ਕੋਈ ਵੀ ਚੀਜ਼ ਉੱਥੋਂ ਖਰੀਦੀ ਨਾ ਜਾਵੇ, ਬੀਜੇਪੀ ਔਰ ਆਰ ਐਸ ਐਸ ਵਾਲੇ ਕਹਿ ਰਹੇ ਆ। ਠੀਕ ਹੈ। ਤੇ ਨੰਬਰ ਦੋ, ਠੀਕ ਹੈ, ਨੰਬਰ ਦੋ, ਜਗਮੀਤ ਸਿੰਘ ਸਾਡੇ ਇੱਥੋਂ ਖੜੇ ਆ ਪ੍ਰੈਜੀਡੈਂਟ ਵਾਸਤੇ ਕੈਨੇਡਾ ਦੇ ਵਿੱਚ, ਤੇ ਜਿਹੜੇ ਜਿਹੜੇ ਇੰਡੀਆ ਗੌਰਮੈਂਟ ਤੇ ਬੀਜੇਪੀ ਦੇ ਬੰਦੇ ਆ ਉਹ ਕਹਿ ਰਹੇ ਕਿ ਮੁਸਲਿਮ ਟੈਰੋਰਿਸਟ ਹੈ ਤੇ ਇਹਨੂੰ ਵੋਟ ਨਾ ਦਿੱਤੀ ਜਾਵੇ, ਉਹ ਸਰਦਾਰ ਨੀ ਕਹਿ ਰਿਹਾ, ਤੇ ਇਹ ਬੀਜੇਪੀ ਤੇ ਆਰ ਐਸ ਐਸ ਦਾ ਏਜੰਡਾ ਹੈ, ਉਹਦੇ ਬਾਰੇ ਇਹ ਦੱਸਣ ਜਿੰਦੀ ਸਾਹਿਬ ਇਹ ਕੀ ਕਹਿ ਰਹੇ ਮੋਦੀ ਸਾਹਿਬ, ਕਿਉਂਕਿ ਉਹ ਉਹਨਾਂ ਦੇ ਬੰਦੇ ਆ ਉਹ ਦੱਸਣ ਵੀ ਇਹ ਕੀ ਆ। ਆਈ ਥਿੰਕ ਅਸੀਂ ਮੁੱਦੇ ਤੋਂ ਭਟਕ ਰਹੇ ਹਾਂ, ਆਪਾਂ ਇਸ ਨੂੰ ਲੈ ਕੇ ਜ਼ਰੂਰ ਆਵਾਂਗੇ, ਜਿਹੜਾ ਇਸ਼ੂ ਤੁਹਾਡਾ ਕੈਨੇਡਾ ਦਾ ਹੈਗਾ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? South, live up south of Birmingham, small town in England. ਉਹਦੇ ਵਿਰੁੱਧ ਕੋਈ ਸਾਰੇ ਝੂਠੇ ਕੇਸ ਆ ਇਸ ਵਕਤ। ਠੀਕ ਹੈ ਜੀ। ਇਹ ਕਿਹੜੇ ਵਾਈ ਹੀ ਸੇਇੰਗ ਕਿ ਉਹ ਬੰਦੇ ਨੇ ਫੇਸਬੁੱਕ ਤੇ ਇਹ ਕੀਤਾ, ਇੱਕ ਸਹੀ ਡਿਡ ਨਾਟ ਡੂ ਨਥਿੰਗ। ਠੀਕ ਹੈ। ਟੂ ਹੀ ਵੈਂਟ ਟੂ ਇੰਡੀਆ ਟੂ ਗੈਟ ਮੈਰੀ, ਉਹਨੇ ਵਿਆਹ ਕਰਕੇ। ਠੀਕ। ਵੈਨ ਹੀ ਵੈਂਟ ਟੂ ਫਾਰ ਸ਼ਾਪਿੰਗ ਵਿਦ ਹਿਸ ਵਾਈਫ, ਦੀ ਗਾਈ ਲੌਕਡ ਅਪ ਫਾਰ ਨੋ ਰੀਜ਼ਨ। ਰਾਈਟ। ਸੋ ਡਾਕਟਰ ਸਿੰਦਰ ਗੱਲ, ਹੀ ਸ਼ੁੱਡ ਬੀ ਅਸ਼ੇਮਡ ਆਫ ਦੈਟ ਹੀ ਇਜ਼ ਲਾਈਂਗ ਔਨ ਨੈਸ਼ਨਲ ਟੀਵੀ ਐਂਡ ਬਲੇਮਿੰਗ ਦੀ ਇਨੋਸੈਂਟ ਪਰਸਨ। I'll ask the same question to him. India is a banana republic, I can tell him right now. ਇਹ ਚਾਪਲੂਸੀ ਨਾਲ, ਗੋਡੇ ਟੇਕਣ ਨਾਲ, ਮਿੰਤਾਂ ਕਰਨ ਨਾਲ, it's not going to work. Okay. Thank you very much. ਡਾਕਟਰ ਸਾਹਿਬ, ਤੁਸੀਂ ਔਨ ਏਅਰ ਹੋ, ਤੁਹਾਨੂੰ ਸੁਣ ਪਾ ਰਹੇ ਹੋ, ਤੁਸੀਂ ਸਵਾਲ ਸਾਰੇ ਦਰਸ਼ਕਾਂ ਦੇ ਸੁਣੇ? ਹਾਂਜੀ, ਮੈਂ ਸੁਣੀ। ਠੀਕ ਹੈ, ਮੈਂ ਇਸ ਗੱਲ ਦਾ ਜਵਾਬ ਜ਼ਰੂਰ ਲਵਾਂਗਾ। ਜੰਡੀ ਸਾਹਿਬ ਵੀ ਮੇਰੇ ਨਾਲ ਮੌਜੂਦ ਨੇ, ਕਾਫੀ ਸਾਰੇ ਦਰਸ਼ਕ ਮੈਨੂੰ ਕਾਲ ਕਰ ਰਹੇ ਨੇ। ਮੈਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗਾ, ਤੁਸੀਂ ਵੀ ਆਪਣੇ ਪ੍ਰਤੀਕਰਮ ਦੇ ਸਕਦੇ ਹੋ, ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਇਫ ਯੂ ਵਾਂਟ ਟੂ ਈਮੇਲ ਮੀ, ਯੂ ਕੈਨ ਈਮੇਲ ਮੀ ਐਜ਼ ਵੈਲ, info@justbroadcasting.com, harkirat@justbroadcasting.com। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਾ ਸਵਾਗਤ ਹੈ ਜੀ। ਮੈਂ ਕਾਫੀ ਸਾਰੇ ਦਰਸ਼ਕਾਂ ਨੇ ਸਵਾਲ ਜਿਹੜੇ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਹੋਰਾਂ ਤੋਂ ਕੀਤੇ ਸੀਗੇ, ਉਹਦੇ ਉੱਤੇ ਸਪਸ਼ਟੀਕਰਨ ਅਸੀਂ ਡਾਕਟਰ ਸੁਰਿੰਦਰ ਸਿੰਘ ਗਿੱਲ ਹੋਰਾਂ ਤੋਂ ਲੈ ਲੈਂਦੇ ਹਾਂ। ਜੀ ਡਾਕਟਰ ਸਾਹਿਬ, ਕੀ ਕੁਝ ਸਪਸ਼ਟੀਕਰਨ ਦੇਣਾ ਚਾਹੋਗੇ ਜੋ ਦਰਸ਼ਕਾਂ ਨੇ ਸਾਡੇ ਕਾਲਰਸ ਨੇ ਤੁਹਾਡੇ ਤੋਂ ਸਵਾਲ ਪੁੱਛੇ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਭੈਣ ਜੀ ਨੇ ਸਵਾਲ ਕੀਤਾ $20 ਵਾਲਾ ਉਹ ਇੰਡੀਅਨ ਰੂਪੀ 'ਚ ਲਿਆ ਜਾਏਗਾ ਜਾਂ ਡਾਲਰਾਂ 'ਚ ਲਏਗਾ, ਉਹਦੇ ਬਾਰੇ ਮੋਦੀ ਸਾਹਿਬ ਨੇ ਕਲੀਅਰਲੀ ਕਿਹਾ ਕਿ ਅਸੀਂ ਉਹ $20 ਲੱਗਣ ਨਹੀਂ ਦੇਣੇ, ਉਹ ਬਿਲਕੁਲ ਮਾਫ਼ ਹੋਣਗੇ ਤਾਂ ਇਹ ਰਸਤਾ ਖੁੱਲੇਗਾ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਰਸਤਾ ਜਿਹੜਾ ਇਹ ਖੋਲਿਆ ਜਾਵੇ, ਅਸੀਂ ਪਾਕਿਸਤਾਨ ਸਰਕਾਰ ਨਾਲ ਵੀ ਗੱਲ ਕਰਾਂਗੇ, ਕਿਉਂਕਿ ਅਸੀਂ ਅਕਤੂਬਰ ਦੇ ਐਂਡ ਵਿੱਚ ਜਾ ਰਹੇ ਹਾਂ ਇੱਥੋਂ ਸਿੱਖ ਅਮਰੀਕਾ ਪਾਕਿਸਤਾਨ ਵੀ ਪ੍ਰਧਾਨ ਮੰਤਰੀ ਕੋਲ ਟਾਈਮ ਲੈ ਕੇ, ਉਹ $20 ਬਿਲਕੁਲ ਮਾਫ਼ ਹੋਣ। ਕਾਫੀ ਸਾਰੇ ਦਰਸ਼ਕਾਂ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਜੱਗੀ ਜੋਹਲ ਦਾ ਮਸਲਾ ਹੈ ਉਹ ਵੀ ਅਜੇ ਤੱਕ ਨਹੀਂ ਨਿਪਟਿਆ, ਔਰ ਜੰਡੀ ਜੀ ਨੇ ਵੀ ਇਸ ਗੱਲ ਨੂੰ ਕਿਹਾ ਸੀਗਾ, ਉਹ ਕੌਮ ਦੇ ਲਈ ਮੈਨੂੰ ਲੱਗਦਾ ਸਭ ਤੋਂ ਵੱਡਾ ਇਸ਼ੂ ਔਰ ਸੈਂਸਿਟਿਵ ਇਸ਼ੂ ਹੈ। ਸੋ ਵਾਟ ਯੂ ਆਰ ਥਿੰਕਿੰਗ ਆਨ ਦੈਟ ਐਸ ਵੈਲ? ਜੱਗੀ ਜੋਹਲ ਦੇ ਮਸਲੇ ਤੇ ਮੈਂ ਇੱਕ ਗੱਲ ਕਰਨਾ ਚਾਹੁੰਦਾ, ਕਿਉਂਕਿ ਮੈਂ ਅਖਬਾਰ ਵਿੱਚ ਪੜ੍ਹਿਆ ਸੀ ਇਹਨੇ ਕੋਈ ਫਰਾਂਸ ਵਿੱਚ ਕਿਸੇ ਨਾਲ ਮੁਲਾਕਾਤ ਕੀਤੀ ਹੈ, ਉਹ NI ਨੇ ਇਹਨੇ ਉਹ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ, ਔਰ ਉਸ ਰਿਪੋਰਟ ਦੇ ਨਾਲ ਇਹਨੇ ਆਪ ਸਹਿਮਤੀ ਕੀਤੀ ਹੈ, ਜਿਸ ਕਰਕੇ ਇਹ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਹਦੀ ਡਿਟੇਲ ਜਿਹੜੀ ਹੈ ਮੈਂ, ਮੇਰੇ ਕੋਲ ਹੁਣ ਤੇ ਹੈ ਨਹੀਂ ਹੈ ਜਿਹੜੀ ਮੈਂ। ਇੱਕ ਸਾਡੇ ਦਰਸ਼ਕਾਂ ਦਾ ਇਹ ਵੀ ਸਵਾਲ ਸੀਗਾ ਕਿ ਕਾਲੀ ਸੂਚੀ ਦੇ ਵਿੱਚ ਕੌਣ ਕੌਣ ਹੈਗਾ, ਤੁਸੀਂ ਨਾ ਚਲੋ ਅੱਜ ਕਾਲੀ ਸੂਚੀ ਬਿਲਕੁਲ ਖਤਮ ਹੋ ਗਈ ਹੈ ਜੀ, ਮੈਂ ਦੱਸਿਆ ਸਿਰਫ ਉਹ ਕਹਿੰਦੇ ਦੋ ਨਾਂ ਰਹਿ ਗਏ ਆ ਜੀ, ਕੋਈ ਕਾਲੀ ਸੂਚੀ ਵਿੱਚ ਨਹੀਂ ਹੈ ਹੈਗਾ ਹੈ। ਅੱਜ ਡਿਨਰ ਦੇ ਟਾਈਮ ਸਾਡੀ ਬੀਜੇਪੀ ਦਾ ਕੋਈ ਉਹਨਾਂ ਨੇ ਕਿਹਾ ਹੈ। ਆਈ ਅੰਡਰਸਟੈਂਡ, ਸਮਝ ਆ ਗਈ ਤੁਹਾਡੀ ਗੱਲ, ਤੁਸੀਂ ਪਹਿਲਾਂ ਵੀ ਇਸ ਗੱਲ ਨੂੰ ਦੱਸ ਚੁੱਕੇ ਹੋ ਕਿ ਆਪਾਂ ਬਾਰ ਬਾਰ ਉਸ ਗੱਲ ਨੂੰ ਰਿਪੀਟ ਨਾ ਕਰੀਏ। ਕਾਫੀ ਸਾਰੇ ਦਰਸ਼ਕ ਮੇਰੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦੇ ਵੀ ਸੁਣਨਾ ਚਾਹੁੰਦਾ ਕੀ ਕੁਝ ਕਹਿਣਾ ਚਾਹੁੰਦੇ। ਤੁਸੀਂ ਹੋਲਡ 'ਚ ਰਹੇ ਹੋ ਡਾਕਟਰ ਸਾਹਿਬ? ਮੈਂ ਹੋਲਡ 'ਤੇ ਹੀ ਹਾਂ ਜੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਦਵਿੰਦਰ ਸਿੰਘ ਵਰਜੀਨੀਆ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਦਵਿੰਦਰ ਜੀ।
हाँ जी डॉक्टर साहब क्लियर कर रहे थे जग्गी जौल वाले सवाल मेरा वा चाहे रिपीट हो रहा क्योंकि गिल साहब ने अपने आप ही अपना पॉइंट प्रूव करता क्योंकि बड़े रिस्पेक्टेड गिल साहब आप भी राइटर ने न्यूज पेपर भी लिखते ने बई वह जग्गी जौल जिहड़ा फेसबुक से जां वेबसाइट राही लिखता सी वह इंग्लैंड का जंप वाला इस करके डायरेक्टली किसी भी गल दे विच इनवॉल्व नहीं सी बिना उन्होंने हर एक केस दे विचों वन बाय वन उन्होंने बरी करके उदो अगला केस बना के फसाया जा रहा सो इस करके ये बिल्कुल क्लीयर है गिल साहब क्लीयर करन कि भी इन्हां दी जमीर इन्हां नूं इजाजत दिंदी आ एक लेखक होण दे तौर ते क्योंकि लिखना अमेरिका दे विच भी फर्स्ट अमेंडमेंट दे विच जिहड़ी हैगी आ फ्रीडम ऑफ स्पीच रिलीजन फ्रीडम ऑफ स्पीच हैगी आ ते उहदा उहनूं वरतदा सी ते दूसरा 1988 च अज तक गुरशरण सिंह जो नाटक खेडदे सी इस दुनिया च नहीं रहे उन्होंने चैलेंज किया सी इंडिया नूं कि इन्हां ने 1988 दे विच हड़ पंजाब च लियांदे अज जिहड़े 2019 च आए ने वह भी हड़ पंजाब दे विच इन्हां ने जान के लियांदे पंजाब पहली सिक्खी की गल कि उस तों भजदे ने पंजाबी नूं उह खत्म करना चाहुंदे ने इस तों बिना जिहड़ी काली सूची आ मैं एक आधार ने जोड़ांगा 1999 च मैं पहला नाम मैनूं याद नहीं सरदार मान उन्हां दा लास्ट नाम सी वो एडीए सन एडीए 1 ठीक है मैं तुहाडी गल समझ आ गई मैं सहमति रखना उन्हां ने एक गल कही सी फलौर पीडीसी दे किले दे विच बई इह जिहड़े हैगे आई थिंक वी आर डाइवर्टिंग द इशू आपां इस इशू दे उत्ते बिल्कुल गल नहीं कर रहे मेरे नाल काफी सारे होर भी कॉलर्स ने सत श्री अकाल जी तुसीं ऑन एयर हो कौन बोल रहे हो किथे बोल रहे हो हेलो जी सत श्री अकाल जी कौन बोल रहे हो किथों बोल रहे हो हरकिरत सिंह जी सत श्री अकाल जी सत श्री अकाल जी मैं अमर सिंह बोल रहा जी वाशिंगटन डीसी तो हां जी अमृत सिंह जी की कुछ रखना चाहोगे इस मंच दे उत्ते सुरिंदर सिंह डॉक्टर सुरिंदर सिंह मैनूं चंगी तरह जानदे आ जी पहलां ते ਜਿਹੜਾ ਕਰਤਾਰਪੁਰ ਮਾਰਗ ਦੀ ਗੱਲ ਕਰਦੇ ਆ ਕਰਤਾਰਪੁਰ ਮਾਰਗ ਦੀ ਅਦਰ ਆਰਗੇਨਾਈਜੇਸ਼ਨਾਂ ਜਿਹੜੀਆਂ ਨੇ ਉਹਨਾਂ ਨੇ ਕੰਮ ਕੀਤਾ ਇਹਦੇ ਤੇ ਜੀ ਸਿੱਖ ਅਮਰੀਕਾ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਜੀ ਜੀ ਨੂੰ ਖੂਨ ਲਾ ਕੇ ਸ਼ਹੀਦ ਬਣ ਰਹੇ ਆ ਤੇ ਜਿਵੇਂ ਸਿੱਧੂ ਸਾਹਿਬ ਨੇ ਕ੍ਰੈਡਿਟ ਉਹਨਾਂ ਨੂੰ ਵੀ ਜਾਂਦਾ ਔਰ ਇਹ ਕ੍ਰੈਡਿਟ ਸਿਰਫ ਆਪਣੇ ਆਪ ਲੈ ਰਿਹਾ ਇਹ ਸਿਰਫ ਮੋਦੀ ਸਾਹਿਬ ਨਾਲ ਫੋਟੋ ਖਿਚਾਉਣ ਵਾਲੇ ਆ ਔਰ ਆਪਣੀਆਂ ਰੋਟੀਆਂ ਸੇਕਣ ਵਾਲੇ ਆ ਠੀਕ ਹੈ ਜੀ ਔਰ ਮਿਹਰਬਾਨੀ ਤੁਹਾਡੀ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੈਲੋ ਭਾਜੀ ਮੈਂ ਕੇਵਲ ਸਿੰਘ ਬੋਲ ਰਿਹਾ ਏਰੀਏ ਚੋਂ ਜੀ ਕੇਵਲ ਸਿੰਘ ਜੀ ਕੀ ਸਵਾਲ ਤੁਹਾਡਾ ਕਿਹਦੇ ਨਾਲ ਹੈਲੋ ਸਤਿ ਸ਼੍ਰੀ ਅਕਾਲ ਦੋਨਾਂ ਨੂੰ ਡਾਕਟਰ ਸਾਹਿਬ ਸੁਰਿੰਦਰ ਸਿੰਘ ਗਿੱਲ ਨੂੰ ਜੀ ਜਸਵਿੰਦਰ ਸਿੰਘ ਜੰਡੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਕੇਵਲ ਸਿੰਘ ਬੋਲ ਰਿਹਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਯਾ ਮੁੱਦਾ ਬੜਾ ਇੰਟਰਸਟਿੰਗ ਹੈ ਔਰ ਬੜਾ ਵਧੀਆ ਸ਼ੋ ਹੈਗਾ ਲੇਕਿਨ ਮੈਂ ਇਹ ਚਾਹੁੰਦਾ ਹੈਗਾ ਵੀ ਆਪਾਂ ਇੱਕ ਦੇਖੋ ਚਾਹੇ ਕੋਈ ਹਿੰਦੂ ਕਮਿਊਨਿਟੀ ਦੇ ਵਿੱਚ ਕੋਈ ਆਪਣਾ ਡਾਕਟਰ ਸਾਹਿਬ ਬੈਠੇ ਤੁਸੀਂ ਕਹਿੰਦੇ ਬੀਜੇਪੀ ਨਾਲ ਰਲੇ ਹੋਏ ਨੇ ਆਪਾਂ ਨੂੰ ਜਿੰਨਾ ਚਿਰ ਤੁਸੀਂ ਕਿਸੇ ਉਹਨਾਂ ਵਿੱਚ ਵਿਚਰਦੇ ਨਹੀਂ ਉਹਨਾਂ ਵਿੱਚ ਇੱਕ ਜਜ਼ੂਸ ਬਣ ਕੇ ਕੰਸਪੀਰੇਟਰ ਬਣ ਕੇ ਉਹਦੇ ਵਿੱਚ ਰਹੋ ਤੇ ਉਹਨਾਂ ਦੇਖੋ ਵੀ ਕੀ ਵੱਡਦਾ ਹੈ ਕਿਸ ਹੈਪਨਿੰਗ ਜੀ ਐਂਡ ਫੀਡਬੈਕ ਇਹ ਪੋਜ਼ਿਟਿਵ ਇਨਫੋਰਮੇਸ਼ਨ ਜੀ ਤੇ ਮੈਂ ਇਹਨਾਂ ਨੂੰ ਹੋਸਟ ਨੂੰ ਕਹਾਂਗਾ ਮੇਰੀ ਬੇਨਤੀ ਹੋਊਗੀ ਕਿ ਵੀ ਦੇਖੋ ਜਿਹੜੇ ਜੰਡੀ ਸਾਹਿਬ ਦੇ ਪੁਆਇੰਟ ਨੇ ਉਹਨਾਂ ਨੂੰ ਵੀ ਕਲੈਕਟ ਕਰੋ ਡਾਕਟਰ ਸਾਹਿਬ ਦੇ ਪੁਆਇੰਟ ਨੂੰ ਵੀ ਕਲੈਕਟ ਕਰੋ ਜਿੱਥੇ ਕਿ ਕਾਮਨ ਗਰਾਉਂਡ ਸਾਡੀ ਸਿੱਖਿਜ਼ਮ ਦਾ ਹੈਗਾ ਜਾਂ ਜਿੱਥੇ ਵੀ ਧੱਕਾ ਹੋ ਰਿਹਾ ਜੀ ਉਹਨਾਂ ਨੂੰ ਸਾਨੂੰ ਸੋਲਵ ਕਰਨਾ ਚਾਹੀਦਾ ਹੈ ਬਿਲਕੁਲ ਐਗਜ਼ੈਕਟਲੀ ਦੈਟ ਤਾਈ ਇਸ ਮੰਚ ਨੂੰ ਸਜਾਇਆ ਗਿਆ ਔਰ ਆਹੀ ਸਾਡਾ ਮਕਸਦ ਹੈਗਾ ਕਿ ਆਪਾਂ ਮਸਲੇ ਨੂੰ ਸੁਲਝਾਈਏ ਉਹਨੂੰ ਆਪਾਂ ਗੁੰਝਲਪੁਣੇ ਦੇ ਵਿੱਚ ਨਾ ਲੈ ਕੇ ਜਾਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਮੈਂ ਮਨਜਿੰਦਰ ਬੋਲਦਾ ਜੀ ਵਰਜੀਨੀਆ ਤੋਂ ਹਾਂਜੀ ਮਨਜਿੰਦਰ ਜੀ ਕੀ ਸਵਾਲ ਤੁਹਾਡਾ ਔਰ ਕਿਹਦੇ ਮੈਂ ਤੇ ਇਹਨਾਂ ਦੋਵਾਂ ਨੂੰ ਇਹੀ ਕਹਾਂਗਾ ਕਿ ਕਰਤਾਰਪੁਰ ਲਾਂਘਾ ਖੋਲ ਜੇ ਜਿੰਨੇ ਜਿਹੜਾ ਯੋਗਦਾਨ ਪਾਇਆ ਜੀ ਸਿਰ ਮੱਥੇ ਪਰ ਖੁੱਲਣਾ ਚਾਹੀਦਾ ਤੇ ਦੂਜੀ ਗੱਲ ਮੈਂ ਗਿੱਲ ਸਾਹਿਬ ਦੇ ਨੋਟਿਸ ਲਿਆਉਣਾ ਚਾਹੁੰਦਾ ਜੀ ਕਿ ਆ ਹੁਣੇ ਪਿੱਛੇ ਜੇ ਵਾਇਰਲ ਹੋਈ ਸੀ ਵੀਡੀਓ ਜਿੱਥੇ ਇਹਨਾਂ ਦਾ ਉੜੀਸਾ ਚੋਂ ਜਗਨਨਾਥ ਪੁਰੀ ਆ ਉੱਥੇ ਗੁਰਦੁਆਰਾ ਗੰਗੂ ਮਾ ਢਾ ਦਿੱਤਾ ਗਿਆ ਜੀ ਉਹ ਬਾਰੇ ਕਿਉਂ ਨਹੀਂ ਬੋਲਦੇ ਬੀਜੇਪੀ ਨੇ ਢਾਇਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮਿਹਰਬਾਨੀ ਤੁਹਾਡੀ ਮੈਂ ਫਿਲਹਾਲ ਇੱਕ ਕਮਰਸ਼ੀਅਲ ਬ੍ਰੇਕ ਲਈ ਰੁਕ ਰਿਹਾ ਦੋਵੇਂ ਮੇਰੇ ਨਾਲ ਸੀਗੇ ਲੇਕਿਨ ਅਸੀਂ ਇਸ ਕਮਰਸ਼ੀਅਲ ਬ੍ਰੇਕ ਨੂੰ ਅੱਜ ਨਾ ਐਕਸਟੈਂਡ ਕਰਦੇ ਹੋਏ ਮੈਂ ਕਾਲਰਸ ਨੂੰ ਹੀ ਲੈਣਾ ਚਾਹਾਂਗਾ ਅਸੀਂ ਬ੍ਰੇਕ ਹਜੇ ਨਹੀਂ ਜਾ ਰਹੇ ਕਿਉਂਕਿ ਪਬਲਿਕ ਡਿਮਾਂਡ ਦੇ ਉੱਤੇ ਅਸੀਂ ਜਿਹੜੇ ਕਾਲਰਸ ਨੇ ਉਹਨਾਂ ਨੂੰ ਜ਼ਰੂਰ ਸੁਣਨਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਬੀਜੇਪੀ ਨਹੀਂ ਸੀ ਚਾਹੁੰਦੀ
दर्शन सिंह जी ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਗੱਲੇ ਤੋਂ ਬੋਲ ਰਿਹਾ ਜੀ। ਜੀ ਗੁਰਿੰਦਰ ਸਿੰਘ ਜੀ। ਹਾਂਜੀ, ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਡੈਲੀਗੇਸ਼ਨ ਮੋਦੀ ਸਾਹਿਬ ਨੂੰ ਮਿਲਿਆ ਜੀ, ਇਹ ਦੇ ਆਰ ਪੇਡ ਬਾਈ ਆਰਐਸਐਸ, ਇਹਨਾਂ ਦਾ ਸਿੱਖਾਂ ਦੇ ਵਿੱਚ ਭੁਲੇਖਾ ਪਾਉਣ ਵਾਸਤੇ ਲੋਕ ਰੱਖੇ ਹੋਏ ਨੇ। ਕੋਈ ਠੀਕ ਹੈ, ਲੈ ਲੈਣੇ ਸਪਸ਼ਟੀਕਰਨ, ਲੈ ਲੈਣੇ ਸਪਸ਼ਟੀਕਰਨ। ਡਾਕਟਰ ਸਾਹਿਬ, ਸਰਲ ਭਾਸ਼ਾ ਦੇ ਵਿੱਚ ਮੈਨੂੰ ਤੁਸੀਂ ਰੈਪ ਅਪ ਕਰੋ, 30 ਸੈਕਿੰਡ ਤੁਹਾਡੇ ਕੋਲ। ਜੰਡੀ ਸਾਹਿਬ, 30 ਸੈਕਿੰਡ ਤੁਹਾਡੇ ਕੋਲ। ਹਾਂਜੀ ਜੀ, ਮੈਂ ਸ਼ੁਰੂਆਤ ਡਾਕਟਰ ਗਿੱਲ ਹੋਰਾਂ ਤੋਂ ਕਰਨਾ ਚਾਹਾਂਗਾ। ਮੈਂ ਤੇ ਇੱਕੋ ਗੱਲ ਕਵਾਂਗਾ ਕਿ ਹਰ ਕੌਮ ਦਾ ਮਸਲਾ ਟੇਬਲ ਤੇ ਹੱਲ ਹੁੰਦਾ ਹੈ, ਕਿਉਂਕਿ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਚ ਨਾ ਤੇ ਰੌਲਾ ਪਾਇਆ ਜਾ ਸਕਦਾ ਹੈ, ਨਾ ਗੋਲੀ ਦੀ ਆੜ ਵਿੱਚ ਥ੍ਰੈਟ ਕੀਤਾ ਜਾ ਸਕਦਾ ਹੈ। ਔਰ ਮੈਂ ਤੇ ਕਹਿੰਦਾ ਇਹ ਸਾਰੇ ਭਰਾ ਇਕੱਠੇ ਹੋਣ, ਇਕੱਠੇ ਹੋ ਕੇ ਯੂਨਿਟੀ ਬਣਾ ਕੇ ਜਿਹੜਾ ਹੈ ਪ੍ਰੈਸ਼ਰ ਪਾਇਆ ਜਾਵੇ, ਜਿਹੜੇ ਮਸਲੇ ਰਹਿੰਦੇ ਉਹਨਾਂ ਨੂੰ ਹੱਲ ਕੀਤਾ ਜਾਵੇ। ਜੀ ਜੰਡੀ ਸਾਹਿਬ। ਹਾਂਜੀ, ਮੈਂ ਤੇ ਇਹੀ ਕਵਾਂਗਾ ਜੀ, ਭਈ ਬਿਲਕੁਲ ਸਿੰਸੀਅਰ ਹੋਣੇ ਚਾਹੀਦੇ ਆ ਸਾਰੇ ਸਿੱਖ ਸੰਗਤ ਦੇ ਨਾਲ, ਸਿੱਖ ਕਮਿਊਨਿਟੀ ਨਾਲ ਜੋ ਧੱਕੇ ਹੋਏ ਆ ਸਾਰਿਆਂ ਨੂੰ ਸਾਹਮਣੇ ਦਿਦੇ ਆ। ਕੋਈ ਬੰਦਾ ਝੂਠ ਨਹੀਂ ਬੋਲ ਸਕਦਾ, ਜਿਵੇਂ ਆ ਹੁਣੇ ਦੱਸਿਆ ਹੀ ਆ ਕੋਰੀਡੋਰ ਦਾ, ਬੰਦੇ ਕਲੇਮ ਕਰਦੇ ਆ, ਬਿਲਕੁਲ ਕੋਈ ਇਹੋ ਜਿਹੀ ਗੱਲ ਨੀ ਗੀ ਕਿਸੇ ਨੇ ਕੋਈ 60,000 ਲਾ ਕੇ ਕਰਤਾ, ਕੋਈ ਕੁਛ ਨੀ, ਸਾਰਾ ਕੁਛ ਦੇਖਿਆ। ਇਮਰਾਨ ਖਾਨ ਇੱਥੇ ਪਹੁੰਚਾ, ਇੱਥੇ ਲੋਕਾਂ ਨੇ ਸਵਾਗਤ ਕੀਤਾ, ਕੈਨੇਡਾ ਗਿਆ, ਉੱਥੇ ਸਤਿਕਾਰ ਦਿੱਤਾ ਉਹਨੂੰ, ਉਹਨਾਂ ਦੀ ਜ਼ਿਆਦਾ ਐਫਰਟ ਸੀਗੀ। ਸਿੱਧੂ ਸਾਹਿਬ ਨੇ ਪਹਿਲਾਂ ਇਸ਼ੂ ਲਿਆਂਦਾ ਤੇ ਇਹਨਾਂ ਨੇ ਮਰਦਿਆਂ ਨੇ ਅੱਕ ਚੱਬਿਆ ਹੈਗਾ। ਬਾਕੀ ਪੱਗਾਂ ਬੰਨਣ ਦੇ ਨਾਲ ਸਿੱਖ ਨੀ ਬਣ ਜਾਂਦੇ, ਵੀ ਉੱਥੇ ਸਿਰਫ ਹੁਣ ਮੈਂ ਇੱਕ ਵੀਡੀਓ ਵਾਇਰਲ ਹੋਈ ਸੀ, ਬਿਲਕੁਲ ਬਿਲਕੁਲ ਵਾਇਰਲ ਹੋਈ ਸੀ, ਮੈਂ ਇੱਕੋ ਸੈਕਿੰਡ ਚ ਕਰ ਦੇਣੀ ਹੈ ਖਤਮ ਜੀ। ਆਪਣੇ ਉਹ ਸਾਊਦੀ ਅਰਬ ਤੋਂ ਕੋਈ ਹੈਗਾ ਬੰਦਾ ਜਿਹਨੂੰ ਕੀਤੀ ਆ, ਉਹ ਕਹਿੰਦਾ ਵੀ ਕਸ਼ਮੀਰ ਦੇ ਵਿੱਚ ਪੱਗਾਂ ਬਣਾ ਕੇ ਸਿੱਖ ਬਨੋਟੀ ਸਿੱਖ ਬਣਾ ਕੇ ਭੇਜੇ ਆ, ਜੋ ਉੱਥੋਂ ਦੀਆਂ ਧੀਆਂ ਭੈਣਾਂ ਨੂੰ ਲੋਕਾਂ ਦੀ ਬੇਇੱਜ਼ਤੀ ਕਰ ਰਹੇ ਆ, ਜੋ ਗੰਦ ਪਾ ਰਹੇ ਆ, ਸਿਰਫ ਪੱਗਾਂ ਵਾਲਿਆਂ ਦਾ ਨਾਂ ਬਦਨਾਮ ਹੋ ਜਾਏ ਤੇ ਉਹੋ ਜਿਹਾ। ਆਪਾਂ ਲਿਆਵਾਂਗੇ, ਵੀ ਹੈਵ ਗਾਟ ਸੋ ਮੈਨੀ ਕਾਲਸ ਔਨ ਡਿਫਰੈਂਟ ਡਿਫਰੈਂਟ ਇਸ਼ੂਜ਼, ਔਰ ਸਾਡੀ ਵੀ ਸਾਡਾ ਵੀ ਮਕਸਦ ਇਹੀ ਹੈਗਾ ਕਿ ਅਸੀਂ ਇਸ ਮੰਚ ਦੇ ਉੱਤੇ ਉਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਆਈਏ ਔਰ ਇੱਕ ਰੋਡ ਮੈਪ ਕ੍ਰੀਏਟ ਕਰੀਏ। ਔਰ ਮੈਨੂੰ ਬਹੁਤ ਸਿਆਣੀ ਗੱਲ ਲੱਗੀ ਸਾਡੇ ਕਾਲਰ ਜਿਨ੍ਹਾਂ ਨੇ ਸਾਡੇ ਇਸ ਗੱਲ ਦਾ ਸਵਾਗਤ ਵੀ ਕੀਤਾ, ਸਾਡੀ ਵੀ ਇਹੀ ਵਿਚਾਰਧਾਰਾ ਹੈਗੀ ਹੈ ਔਰ ਸਾਡੀ ਇਹੀ ਅੱਗੇ ਤੋਂ ਮਕਸਦ ਰਹੇਗਾ ਕਿ ਅਸੀਂ ਨਿਰਪੱਖ ਤਰੀਕੇ ਨਾਲ ਦੋਵਾਂ ਧਿਰਾਂ ਨੂੰ ਸਵਾਲ ਪੁੱਛਾਂਗੇ, ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਔਰ ਜਦ ਜ਼ਿੰਮੇਵਾਰੀ ਬਣਦੀ ਅਸੀਂ ਉਸਨੂੰ ਮਸਲਾ ਨਹੀਂ ਬਣਾਉਣਾ ਚਾਹੁੰਦੇ, ਅਸੀਂ ਉਹਨੂੰ ਚਾਹੁੰਦੇ ਹਾਂ ਕਿ ਉਸ ਮੁੱਦੇ ਨੂੰ ਸੁਲਝਾਇਆ ਜਾਏ ਤਾਂ ਕਿ ਇਸ ਮੰਚ ਦੇ ਉੱਤੇ ਔਰ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਈਏ ਅਸੀਂ ਅੱਜ ਦਾ ਮੁੱਦਾ। ਫਿਲਹਾਲ ਅੱਜ ਦੇ ਲਈ ਮੈਨੂੰ ਹਰਕੀਰਤ ਸਿੰਘ ਆਲੂਵਾੜੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।